ਆਹਰੀ ਆਹਰੀ ਆਰੀ ਬਦਲੇ ਦੀ ਅੱਗ ਬਲਦੀ ਉਹ ਬਦਲੇ ਦੀ ਅੱਗ ਬਲਦੀ ਵੈਰੀ ਸੱਟ ਕੇ ਪੈਰਾ ਵਿੱਚ ਠਾਰੀ ਵੈਲੀਆਂ ਦਾ ਪਿੰਡ ਅਜਦਾ 45 ਦੇ ਨਾਲ ਇੱਕ ਵਾਰ ਸਵਾਗਤ ਕਰਦੇ ਆਪਨੀ ਸਾਰੀ ਟੀਮ ਗਾਨੀ 3 ਦਾ ਨਾਉ ਨੇਵਰੀ ਵਨ ਕੈਨ ਵੀ ਹੈਵ ਅ ਹਿਊਜ ਸ਼ਾਊਟ ਆਫ ਅਪਰੋਸ ਹਾਰਟਲੀ ਵੈਲਕਮਿੰਗ ਈਚ ਸਟਾਰ ਕਾਸਟ ਆਫ ਦ ਮੂਵੀ ਗਾਨੀ 3 ਪ੍ਰੋਡਿਊਸਰਸ ਡਾਇਰੈਕਟਰ ਯੇ ਰਿਪਰੈਜ਼ੈਂਟ ਟਾਲੇ ਨੂੰ ਸਾਰਿਆਂ ਦਾ ਸਵਾਗਤ ਕਰਦੇ ਆ ਵੀ ਮੈਂ ਇਸਨ オーਪਨਿੰਗ एवरीवन so स्वागत करते हैं पूरी टीम का सारी मीडिया दा। अपनी इस खास प्रेस कॉन्फ्रेंस के लिए अब इतने पहुंचे हुए थैंक यू एंड कॉन्ग्रेचुलेशन ईच वन ऑफ यू सो यस ओवर टू देव खरोज सर जी सर हलो हेलो ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਜੀ ਸੋ ਗਾਂਧੀ 3 ਆ ਰਹੀ ਹੈ 30 ਅਗਸਤ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਸਾਡੀ ਸਾਰੀ ਟੀਮ ਨਾਲ ਹੈ ਆ ਪ੍ਰੋਡਿਊਸਰ ਸਾਹਿਬ ਸਾਡੇ ਰਾਜੇਸ਼ભાઈ ਜੀ ਰਜੇਸ਼ अरोड़ा ਸਾਹਿਬ ਮਨੀਸ਼ ਹਾਨੀ ਭਾਜੀ ਤਨਵੀਰ ਬਾਈ ਤੇ ਅਦਿੱਤਿਆ ਆ ਰਿਹਾ ਮੈਂ ਆ ਰਿਹਾ ਪਹਿਲਾਂ ਲਾਲਨਾ ਦੀਤੀ ਬਾਤ ਚ ਕਹਿੰਦਾ ਕਿੰਨੀ ਵਾਰ ਨਵਦੀਪ ਕਲੇਰ ਬਾਈ ਲੱਕੀ ਧਾਲੀਆਲ ਸੋ ਸਾਰੇ ਜਣੇ ਅਸੀਂ ਬੈਠੇ ਆ ਤੁਹਾਡਾ ਮੈਂ ਨਾਮ ਸੌਰੀ ਅੰਕਿਤਾ 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 ਪੁੱਲ ਕੇ ਸਾਡੇ ਭਾਜੀ ਤੇ ਸਾਰੀ ਟੀਮ ਸਾਡੀ ਅਸੀਂ ਤੁਹਾਨੂੰ ਤੁਸੀਂ ਟ੍ਰੇਲਰ ਦੇਖ ਹੀ ਲਿਆ ਜੀ ਟ੍ਰੇਲਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਜਿਨ੍ਹਾਂ ਨੇ ਗਾਣੇ ਆਏ ਨੇ ਮਿਊਜ਼ਿਕ ਆਇਆ ਉਹ ਬਹੁਤ ਐਪਰੀਸ਼ੀਏਟ ਹੋ ਰਿਹਾ ਹੈ ਬਾਕੀ ਹੁਣ 30 ਅਗਸਤ ਦੀ ਵੇਟ ਹੈ ਜੀ ਦੇਖਦੇ ਆ ਸਾਡੇ ਆਪ ਧੜਖੂ ਲੱਗਿਆ ਪਿਆ ਕਿ ਕੀ ਬਣੂਗਾ ਹਣਾ ਸੋ ਸਾਡੀਆਂ ਜਿਹੜੀਆਂ ਉਮੀਦਾਂ ਨੇ ਉਹ ਬਹੁਤ ਵੱਡੀਆਂ ਨੇ ਇਸ ਫਿਲਮ ਤੋਂ ਸਾਰਿਆਂ ਦੀਆਂ ਤੇ ਬਾਕੀ ਤੁਸੀਂ ਲੋਕਾਂ ਨੂੰ ਤੁਹਾਨੂੰ ਵੱਧ ਪਤਾ ਹੁੰਦਾ ਹੈ ਕਿ ਕੀ ਰਿਸਪੌਂਸ ਹੈ ਕੀ ਬਣੂਗਾ ਤੇ ਅਸੀਂ ਤਾਂ ਪੇਪਰ ਦਿੱਤਾ ਹੁਣ ਉਹਦੇ ਰਿਜ਼ਲਟ ਦੀ ਵੇਟ ਕਰ ਰਹੇ ਹਾਂ ਕਿ ਕੀ ਆਊਗਾ ਤੁਹਾਡਾ ਕੋਈ ਸਵਾਲ ਜਵਾਬ ਹੈਗਾ ਜੀ ਤੁਸੀਂ ਪੁੱਛੋ ਹਾਂਜੀ ਸਾਡੀ ਤਾਂ ਇੰਨੀ ਗੱਲ ਬਾਤ ਹੈ ਤਾਂ ਗਾਂਧੀ 1 ਗਾਂਧੀ 2 ਬਲੌਕਬਸਟਰ ਗਈ ਹੈ ਹੁਣ ਗਾਂਧੀ 3 ਆਉਣ ਜਾ ਰਹੀ ਹੈ ਤਾਂ ਕੀ ਐਕਸਪੈਕਟੇਸ਼ਨ ਹੈ ਆਡੀਅנס ਤੋਂ ਕਿ ਇਸ ਮੂਵੀ ਨੂੰ ਕਿੰਨਾ ਕੁ ਪਿਆਰ ਮਿਲਣ ਵਾਲਾ ਹੈ ਦੇਖੋ ਇਹ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਫਿਲਮ ਸਾਡੀ ਨਹੀਂ ਆਡੀਅנס ਦੀ ਫਿਲਮ ਹੈ ਜੀ ਕਿਉਂਕਿ ਇਹਦੇ ਨਾਲ ਯੂਥ ਤੋਂ ਲੈ ਕੇ ਹਰ ਏਜ ਵਰਗ ਇਸ ਫਿਲਮ ਨਾਲ ਜੁੜਿਆ ਹੋਇਆ ਮੈਂ ਜਦੋਂ ਟਰੈਵਲ ਕਰਦਾ ਕਿਤੇ 에어ਪੋਰਟ ਤੇ ਜਾਂਦਾ ਜਾਂ ਕਿਤੇ ਹਰ ਉਮਰ ਦੇ ਲੋਕ ਮਿਲਦੇ ਆ ਇਸ ਫਿਲਮ ਬਾਰੇ ਗੱਲ ਕਰਦੇ ਮੇਰੀਆਂ ਬਾਕੀ ਫਿਲਮਾਂ ਬਾਰੇ ਬਹੁਤ ਘੱਟ ਗੱਲਬਾਤ ਹੁੰਦੀ ਹੈ ਔਰ ਮੈਨੂੰ ਦੇਵ ਕਹਿ ਕੇ ਲੋਕ ਘੱਟ ਬੁਲਾਉਂਦੇ ਆ ਗਾਂਧੀ ਕਹਿ ਕੇ ਜ਼ਿਆਦਾ ਬੁਲਾਉਂਦੇ ਆ ਜੇ ਅੱਜ ਵੀ ਤੁਸੀਂ ਕਿਦੋਂ ਅੱਛਾ ਗਾਂਧੀ ਦੀ ਫਿਲਮ ਆ ਰਹੀ ਹੈ ਗਾਂਧੀ ਭਾਈ ਪਿੱਛੇ ਬਾਈ ਲਾਉਂਦੇ ਆ ਇਸ ਫਿਲਮ ਨੇ ਰਿਸਪੈਕਟ ਵੀ ਦਿਵਾਈ ਤੇ ਇੰਡਸਟਰੀ 'ਚ ਨਾਮ ਵੀ ਦਿਵਾਇ ਅੱਜ ਜਿੰਨੇ ਵੀ ਅਸੀਂ ਬੈਠੇ ਆ ਲक्की ਧਾਲੀ ਵਾਲ ਨਵਦੀਪ ਕਲੇਰ ਜੀ ਖੈਰਾ ਦਿੱਤੀ ਜੀ ਨਵੇਂ ਜੁੜੇ ਨੇ تنਵੀਰ ਨਵਾਂ ਪਾੜ ਬਣਿਆ ਸੋ ਹੋਰ ਇਹ ਪੈਸ ਤੋਂ ਪਹਿਲਾਂ ਧੀਰਜ ਕੁਮਾਰ ਜਗਜੀਤ ਸੰਧੂ ਜਿੰਨੇ ਵੀ ਕਲਾਕਾਰ ਇਹਨੇ ਸਾਰੇ ਅੱਜ ਸਥਾਪਿਤ ਹੋ ਚੁੱਕੇ ਨੇ ਇੰਡਸਟਰੀ 'ਚ ਇਸ ਫਿਲਮ ਦੀ ਬਦੌਲਤ ਕਿਉਂਕਿ ਇੱਕ ਬਹੁਤ ਵੱਡੀ ਫੈਨ ਫਾਲੋਇੰਗ ਬਣੀ ਔਰ ਯੂਥ ਦੇ ਦਿਲ 'ਚ ਜਿਹੜੇ ਇਸ ਫਿਲਮ ਦੇ ਕੈਰੈਕਟਰ ਨੇ ਸਾਰਿਆਂ ਨੇ ਘਰ ਕੀਤਾ ਮੈਨੂੰ ਲੱਗਦਾ ਭਾਜੀ ਤੁਹਾਨੂੰ ਵੱਧ ਪਤਾ ਹੋ ਮਨੀਸ਼ ਭਾਜੀ ਬਹੁਤ ਘੱਟ ਫਿਲਮਾਂ ਹੁੰਦੀਆਂ ਜਿਹੜੇ ਸਵੇਰ ਦੇ ਸ਼ੋਅ ਭਰਦੀਆਂ ਹਨਾ ਜੀ ਤੇ ਉਹਨਾਂ ਸਿਨੇਮੇ ਦੇ ਵਿੱਚੋਂ ਸਿਨੇਮਾ ਜੀ ਇਹ ਗਾਂਧੀਵਾਨ ਗਾਂਧੀ 2 ਸਵੇਰ ਦੇ ਜਿਹੜੇ ਸ਼ੋਅ ਸੀਗੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਕਿਸੇ ਵੀ ਇੰਡਸਟਰੀ ਦੇ ਵਿੱਚ ਬਹੁਤ ਘੱਟ ਹਾਊਸਫੁੱਲ ਹੁੰਦੇ ਨੇ ਬਹੁਤ ਘੱਟ ਫਿਲਮਾਂ ਇਹ ਜਿਹੀਆਂ ਹੁੰਦੀਆਂ ਨੇ ਜੋ ਸਵੇਰੇ ਹੀ ਲੋਕਾਂ ਨੂੰ ਕੱਢ ਲਿਆਉਣ ਸੋ ਇਹ ਉਹ ਉਹ ਸਿਨੇਮਾ ਜਿਨੇ ਕੱਢਿਆ ਪਹਿਲਾਂ ਵੀ ਡਾਕੂਆਂ ਦਾ ਮੁੰਡਾ ਹੋਵੇ ਭਾਵੇਂ ਗਾਂਧੀ ਸੀਰੀਜ਼ ਹੋਵੇ ਸਾਡੀ ਔਰ ਤੀਜਾ 파ਟ ਇਹਦਾ ਆ ਰਿਹਾ ਆਡੀਅנס ਡਿਮਾਂਡ ਤੇ ਬਣਾਇਆ ਗਿਆ ਜਦੋਂ ਵੀ ਅਸੀਂ ਕਦੇ ਕੋਈ ਪੋਸਟ ਪਾਉਣੀ ਕਿਸੇ ਫਿਲਮ ਦੀ ਯਾਰ ਗਾਂਧੀ 3 ਲੈ ਕੇ ਆਓ ਬਹੁਤ ਸਾਰੇ ਕਮੈਂਟ ਹੁੰਦੇ ਸੀਗੇ ਉਹਦੇ ਵਿੱਚ ਔਰ ਦੂਜੀ ਗੱਲ ਮੈਂ ਇੱਕ ਕਲੀਅਰ ਕਰ ਦੇਣੀ ਚਾਹਣਾ ਤੁਹਾਨੂੰ ਕਿ ਇਹ ਬਹੁਤ ਸਾਰੇ ਲੋਕ ਪੁੱਛਦੇ ਨੇ ਸਾਡੇ ਕਮੈਂਟਸ ਦੇ ਵਿੱਚ ਆ ਕੇ ਆਰ ਤੁਸੀਂ ਐਵੇਂ ਬਣਾਤੀ ਗਾਂਧੀ 1 ਚ ਮਰ ਗਿਆ ਸੀ 2 ਚ ਮਰ ਗਿਆ ਸੀ ਹੁਣ ਕੀ ਦਿਖਾਓਗੇ ਮੇਰੀ ਇੱਕ ਪਰਸਨਲ ਹੀ ਸੋਚ ਇਹ ਹੈ ਕਿ ਇਨਸਾਨ ਮਰ ਜਾਂਦਾ ਉਹਦੀਆਂ ਕਹਾਣੀਆਂ ਉਹਦੇ ਕਿਸੇ ਨਹੀਂ ਕਦੇ ਮਰਦੇ ਜੋ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ ਉਹਦੇ ਨਾਲ ਸੋ ਗਾਂਧੀ ਕਿਹੋ ਜਿਹਾ ਇਨਸਾਨ ਸੀਗਾ ਜਿਹਦੇ ਬਹੁਤ ਸਾਰੇ ਕਿਸੇ ਕਹਾਣੀਆਂ ਸਾਡੇ ਕੋਲ ਲਿਖੇ ਪਏ ਸੀਗੇ ਮੈਂ ਖੁਦ ਜਦੋਂ ਮਹਿੰਦੀ ਬਾਈ ਨੂੰ ਮਿਲਿਆ ਸੀਗਾ ਸੈਕਿੰਡ ਪਾਰਟ ਲਈ ਤਾਂ ਅਸੀਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦਸੀਆਂ ਉਹ ਸਾਰੀਆਂ ਗੱਲਾਂ ਮੈਂ ਇੱਕ ਕਾਪੀ ਤੇ ਲਿਖ ਦੇ ਗਏ ਅਸੀਂ ਨੋਟ ਕਰ ਦੇ ਗਏ ਉਹਨਾਂ ਨੂੰ ਤੇ ਜਦੋਂ ਗਾਂਧੀ ਟੂ ਕੀਤੀ ਤਾਂ ਬਹੁਤ ਸਾਰੀਆਂ ਗੱਲਾਂ ਸੀ ਸਕਿੱਪ ਕਰਤੀਆਂ ਕਿ ਫਿਲਮ ਦੀ ਲੈਂਥ ਵਧੂਗੀ ਸੋ ਜਿੰਨਾ ਕਿ ਸਾਨੂੰ ਲੱਗਦਾ ਉਹਨਾਂ ਕੱਪਾ ਬਣਾਉਣੇ ਆ ਤਾਂ ਫਿਰ ਉਹ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਜਾਂ ਜਿਹੜੇ ਉਹਦੀਆਂ ਉਹ ਗੱਲਾਂ ਹੈਗੀਆਂ ਨੇ ਉਹ ਅਸੀਂ ਇਸ ਫਿਲਮ ਦੇ ਵਿੱਚ ਰੱਖੀਆਂ ਨੇ ਤੁਹਾਨੂੰ ਪਤਾ ਕਿ ਫਿਲਮ ਨੂੰ ਇੰਟਰਟੇਨਿੰਗ ਬਣਾਉਣ ਲਈ ਥੋੜਾ ਫਿਕਸ਼ਨਲ ਤਾਂ ਕਰਨਾ ਪੈਂਦਾ ਤਾਂ ਕਿ ਲੋਕਾਂ ਦਾ ਆਡੀਅנס ਦਾ ਖਿਆਲ ਰੱਖਣਾ ਪੈਂਦਾ ਹਨਾ ਸੋ ਇਦਾਂ ਦੀ ਫਿਲਮ ਹੈ ਬਾਕੀ ਤੁਸੀਂ ਟ੍ਰੇਲਰ ਇੱਕ ਐਕਸ਼ਨ ਜਨਰ ਹੈਗਾ ਮੇਰਾ ਐਕਸ਼ਨ ਲੋਕ ਮੇਰਾ ਐਗਰੈਸ਼ਨ ਪਸੰਦ ਕਰਦੇ ਹੋ ਲੋਕਾਂ ਨੂੰ ਪਸੰਦ ਆਇਆ ਟ੍ਰੇਲਰ ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨੂੰ ਬਹੁਤ ਬਹੁਤ ਵਧੀਆ ਲੱਗ ਰਿਹਾ ਤੁਸੀਂ ਸਾਰੇ ਇੱਥੇ ਆਏ ਹੋ ਹਾਂਜੀ ਸੋ ਤੁਸੀਂ ਇਸ ਮੂਵੀ ਦਾ ਪਾਰਟ ਬਣੇ ਹੋ ਰਾਈਟ ਤੇ ਟ੍ਰੇਲਰ ਤੋਂ ਬਾਅਦ ਤੁਹਾਨੂੰ ਕੀ ਰਿਐਕਸ਼ਨ ਮਿਲ ਰਿਹਾ ਫੈਨਸ ਵੱਲੋਂ ਐਕਚੁਅਲੀ ਮੈਂ ਕਦੇ ਐਹੋ ਜੀ ਮੂਵੀ ਕੀਤੀ ਨਹੀਂ ਸੀ ਜਿਸ ਦੇ ਵਿੱਚ ਮੈਂ ਬਹੁਤ ਹੀ ਬਿਨਾ ਮੇਕਅਪ ਤੋਂ ਆਮਾ ਜਾਂ ਫਿਰ weight put on ਕਰਾਂ ਜਾਂ ਫਿਰ ਬਿਲਕੁਲ ਸਿੰਪਲ ਲੱਗਾ ਕਿਉਂਕਿ ਆਪਾਂ ਐਕਟ੍ਰੀਸਿਸ ਨੂੰ ਦਿਖਾਉਨੇ ਆ ਕਿ ਬੜਾਈ ਬਿਊਟੀਫੁਲ ਕਾਸ਼ਟ ਹੁੰਦਾ ਆਂਦੀ ਆ ਚੁੰਨੀ ਲਹਿਰਾਂਦੀ ਆ ਯੂ نو ਹੱਸਦੀ ਆ ਖੇਲਦੀ ਆ ਤੇ ਚਲੀ ਜਾਂਦੀ ਆ ਤੇ ਬਹੁਤ ਅਲੱਗ ਤੇ ਬਹੁਤ ਹੀ ਯੂਨੀਕ ਰਿਐਕਸ਼ਨ ਮਿਲ ਰਿਹਾ ਕਿਉਂਕਿ ਉਹ ਮੇਰੇ ਤੋਂ ਇਹ ਐਕਸਪੈਕਟ ਨਹੀਂ ਸੀ ਕਰ ਰਹੇ ਕਿ ਮੈਂ ਇੰਨਾ ਸੀਰੀਅਸ ਤੇ ਇੰਨਾ ਇਮੋਸ਼ਨਲ ਰੋਲ ਵੀ ਕਰ ਸਕਦੀ ਆ ਬਿਲਕੁਲ ਯੈਸ ਤਾਂ ਵਨ ਬਾਈ ਵਨ ਨਵਦੀਪ ਸਰ ਤੁਹਾਡੇ ਤੋਂ ਹੀ ਕਾਸ਼ਟ ਇਹ ਹੈ ਸਸ਼ੀਕਾਲ ਸਰ ਸਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਇਸ ਮੂਵੀ ਦੇ ਰਿਗਾਰਡਿੰਗ ਮੈਂ ਤਾਂ ਇਹੀ ਕਹੂੰਗਾ ਜੀ ਕਿ 30 ਤਰੀਕ ਨੂੰ ਜਿਵੇਂ ਦੇਵਵੀਰ ਨੇ ਕਿਹਾ ਪੇਪਰ ਦੇ ਦਿੱਤਾ ਸੀ ਰਿਜ਼ਲਟ ਹੁਣ ਤੁਹਾਡੇ ਹੱਥ ਹੈ ਜਿਵੇਂ ਤੁਸੀਂ ਸਾਡੀ ਗਾਂਧੀ 1 ਨੂੰ ਪਿਆਰ ਦਿੱਤਾ 2 ਨੂੰ ਦਿੱਤਾ ਇਸੇ ਤਰ੍ਹਾਂ ਸਾਡੀ ਗਾਂਧੀ 3 ਨੂੰ ਵੀ ਤਿੰਨ ਗੁਣਾ ਵੱਧ ਪਿਆਰ ਦਿਓ ਤਾਂ ਕਿ ਅਸੀਂ ਅਗਲੀ ਸੀਰੀਜ਼ ਇਹਦੀ ਹੋਰ ਲੈ ਕੇ ਆਈਏ yes over to sir you ਸਸ਼ੀਕਾਲ ਜੀ ਸਾਰਿਆਂ ਨੂੰ ਤੇ ਪਹਿਲੀ ਮੂਵੀ ਨੂੰ ਬਹੁਤ ਪਿਆਰ ਦਿੱਤਾ ਨਹੀਂ ਦੂਜੀ ਮੂਵੀ ਨੂੰ ਹੈਨਾ ਸੋ ਫਿਲਮ ਬਹੁਤ ਵਧੀਆ ਬਣੀ ਆ ਵੀਰੇ ਐਕਸ਼ਨ ਹੈ ਦੇ ਵਿੱਚ ਐਦਕੀ ਸਾਰਿਆਂ ਨਾਲੋਂ ਡਿਫਰੈਂਟ ਆ ਤਿੰਨਾ ਜਿਹੜਾ ਤੀਜੀ ਮੂਵੀ ਜ ਹੈ ਬਹੁਤ ਸੋਹਣਾ ਹੈਨਾ ਤੇ ਸਾਡਾ ਜਿਹੜਾ ਇੱਕ ਯਾਰੀ ਦੋਸਤੀ ਦਾ ਇੱਕ ਦਿਖਾਇਆ ਗਿਆ ਹੈਨਾ ਉਹ ਇਹਦੇ ਵਿੱਚ ਹੋਰ ਉੱਬਰ ਕੇ ਆ ਰਿਹਾਗਾ ਠੀਕ ਹੈ ਵੀ ਕਿਦਾਂ ਅਸੀਂ ਬਿਨਾ ਇੱਕ ਤੇ ਇੱਕ ਵੀ ਛੋਟੀ ਜੀ ਚੀਜ਼ ਵਿੱਚ ਇੱਕ ਦੂਜੇ ਦਾ ਕਿੰਨਾ ਹੋ ਕਰਦੇ ਆ ਖਿਆਲ ਰੱਖਦੇ ਆ ਨਾ ਯਾਰੀ ਦੀ ਡੈਫੀਨੇਸ਼ਨ ਆ ਜੀ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਸੋ ਤੀਏ ਗਾਸਤੋਂ ਵੀਰੇ ਜਰੂਰ ਪਹੁੰਚਿਓ ਮੇਰੇ ਖਿਆਲ ਸਾਰਾ ਕੁਝ ਕਹਿ ਹੀ ਦਿੱਤਾ ਦੇਵ ਬਾਈ ਨੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦਾ ਨਵਦੀਪ ਬਾਈ ਨੇ ਕਹਿ ਹੀ ਦਿੱਤਾ ਕਿ ਤਿੰਨ ਗੁਣਾ ਪਿਆਰ ਦਿਓ ਮੈਂ ਸਿਰਫ ਮੇਰਾ ਐਕਸਪੀਰੀਅੰਸ ਆ ਸਕਦਾ ਕਿ ਮੈਂ ਪਹਿਲੀ ਵਾਰ ਇਸ ਇਸ ਫਿਲਮ ਨਾਲ ਜੁੜਿਆ ਤੇ ਪਹਿਲੀ ਵਾਰ ਜਦੋਂ ਇਸ ਫਿਲਮ ਦੇ ਪ੍ਰੋਮੋਸ਼ਨਸ ਤੇ ਜਾਣ ਦਾ ਮੈਨੂੰ ਮੌਕਾ ਮਿਲਿਆ ਦੇਵ ਬਾਈ ਨਾਲ ਮੈਂ ਕੱਲ ਵੀ ਗੱਲ ਕਿਸੇ ਨੂੰ ਕਹਿ ਰਿਹਾ ਸੀ ਮੈਂ ਜਦੋਂ ਅਸੀਂ ਕਿਸੇ ਨੂੰ ਕਹਿ ਰਹੇ ਹੁਈਏ ਨਾ ਕਿ ਯਾਰ ਇੱਕ ਬੰਦਾ ਐਕਸਪੀਰੀਅੰਸ ਦੱਸ ਰਿਹਾ ਹੋਵੇ ਕਿ ਯਾਰ ਜਦੋਂ ਮੈਂ ਪੈਰਾਸ਼ੂਟ ਤੋਂ ਛਾਲ ਮਾਰੀ ਐਦਾਂ ਦਾ ਮਾਹੌਲ ਸੀ ਐਦਾਂ ਦਾ ਮਾਹੌਲ ਸੀ ਆਹ ਚੀਜ਼ਾਂ ਸੀ ਆਹ ਚੀਜ਼ਾਂ ਸੀ ਫਿਰ ਜਦੋਂ ਸੁਣਨ ਦਾ ਲੱਗ ਮਜ਼ਾ ਹੁੰਦਾ ਫਰਸਟ ਹੈਂਡ ਐਕਸਪੀਰੀਅੰਸ ਕਰਨ ਦਾ ਲੱਗ ਮਜ਼ਾ ਹੁੰਦਾ ਜਦੋਂ ਖੁਦ ਪੈਰਾਸ਼ੂਟ ਨਾਲ ਛਾਲ ਮਾਰ ਕੇ ਐਕਸਪੀਰੀਅੰਸ ਕਰੋ ਉਹ ਥ੍ਰਿਲ ਉਹ ਸਾਰੀਆਂ ਚੀਜ਼ਾਂ ਅਲੱਗ ਹੁੰਦੀਆਂ ਨੇ ਮੈਂ ਗਾਂਧੀ ਦੀ ਫੈਨ ਫਾਲੋਇੰਗ ਬਾਰੇ ਇਹ ਸਾਰੀਆਂ ਚੀਜ਼ਾਂ ਬਾਰੇ ਸੁਣਿਆ ਸੀ ਕਿ ਪ੍ਰੋਮੋਸ਼ਨ ਤੇ ਐਦਾਂ ਹੁੰਦਾ ਜਾਂ ਗਾਂਧੀ ਦੀ ਫੈਨ ਫਾਲੋਇੰਗ ਐਦਾਂ ਹੁੰਦੀ ਹੈ ਬਟ ਜਦੋਂ ਮੈਂ ਖੁਦ ਗਿਆ ਫਰਸਟ ਹੈਂਡ ਆਫ ਥੇ ਐਕਸਪੀਰੀਅੰਸ ਕੀਤਾ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਉੱਥੇ ਮੈਂ ਸੁਣਿਆ ਮੈਂ ਦੇਖਿਆ ਕਿ ਗਾਂਧੀ ਦੇ ਫੈਨ ਨਹੀਂ ਸ਼ਾਇਦ ਗਾਂਧੀ ਦੇ ਭਰਾ ਨੇ ਇਹ ਸਾਰੇ ਸੋ ਦੇ ਫੀਲ ਲਾਈਕ ਥੈਟ ਜਿਵੇਂ ਦੇ ਭਾਈ ਨੂੰ ਉਹ ਪਿਆਰ ਦਿੰਦੇ ਨੇ ਐਸ ਗਾਂਧੀ ਇਟਸ ਸੋ ਅਮੇਜ਼ਿੰਗ ਤੇ ਆਈ ਫੀਲ ਸੋ ਥ੍ਰਿਲਡ ਐਂਡ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਫੀਲ ਸੋ ਲੱਕੀ ਕਿ ਮੈਂ ਇਸ ਫਿਲਮ ਦਾ ਪਾੜ ਬਣਿਆ ਐਂਡ ਐਕਸਾਈਟਡ ਟੂ ਥੈਂਕ ਯੂ ਯੈਸ ਥੈਂਕ ਯੂ ਸੋ ਮਚ ਸਰ ਤੋ ਸਰ ਰਾਜੀ ਸਰ ਤੁਹਾਡੇ ਤੋਂ ਕੁਸ਼ਨ ਹੈ ਯਸ ਮਾਡੀਸ ਪਹਿਲਾਂ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਡ੍ਰੀਮ ਰਿਐਲਟੀ ਮੂਵੀ ਵੱਲੋਂ ਜੀ ਆਇਆਂ ਕਹਿੰਦੇ ਤੁਹਾਨੂੰ ਸਾਡੀ ਇਹ 7ਵੀਂ ਮੂਵੀ ਹੈ ਔਰ ਸਾਡੀ ਹੀਟ ਸੇ ਅਸੀਂ ਚਾਹੁੰਦੇ ਹਾਂ ਉਹ ਜੁੜੇ ਵੀ ਰਹਿਣ ਅੱਗੇ ਅਸੀਂ ਕਿਸੇ ਨੂੰ ਐਗਜ਼ੈਕਟ ਨਹੀਂ ਕਰਦੇ ਪਰ ਲੋਕ ਕਰ ਜਾਂਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਕ ਨਾਮ ਬਾਰ-ਬਾਰ ਸਾਡੇ ਕੋਲ ਆ ਰਿਹਾ ਹਮ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਜਾਓ ਉਹ ਆਪਣੀ ਮਰਜ਼ੀ ਨਾਲ ਗਏ ਆ ਜੀ ਮੇਰੇ ਨਾਲ ਖੁਦ ਦੋ ਤਿੰਨ ਮੀਟਿੰਗਾਂ ਹੋਈਆਂ ਵਾ ਸਾਡੀ ਟੀਮ ਨਾਲ ਮੀਟਿੰਗਾਂ ਹੋਈਆਂ ਬਟ ਉਹ ਆਪਣੀ ਮਰਜ਼ੀ ਨਾਲ ਚਲੇ ਗਏ ਅਸੀਂ ਕੁਝ ਨਹੀਂ ਕਰ ਸਕਦੇ ਉਸ ਗੱਲ 'ਚ ਕਿਉਂਕਿ ਕਿਸੇ ਨੂੰ ਜ਼ਬਰਦਸਤੀ ਦਾ ਕੰਮ ਕਰਾ ਨਹੀਂ ਸਕਦੇ ਇਸ ਫਿਲਮ ਦੇ ਵਿੱਚ ਜਿਵੇਂ ਸਾਡਾ ਪਹਿਲਾ ਰਿਕਾਰਡ ਰਿਹਾ 6 ਫਿਲਮਾਂ ਦਾ ਸੇਮ ਹੈ ਬਹੁਤ ਵਧੀਆ ਐਕਸ਼ਨ ਦੇ ਰਹੇ ਆ ਦੇਵ ਭਾਜੀ ਨੇ ਬਹੁਤ ਵਧੀਆ ਕੰਮ ਕੀਤਾ ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਮਜ਼ਾ ਆਏਗਾ ਕਿ ਐਕਸ਼ਨ ਦੇਖ ਕੇ ਤੁਹਾਨੂੰ ਦੇਵ ਭਾਜੀ ਨੇ ਬਹੁਤ ਵਧੀਆ ਐਕਸ਼ਨ ਕੀਤਾ ਬਾਕੀ ਤੁਸੀਂ ਦੱਸਣਾ ਵੀ ਕੀ ਬਣਦਾ ਥੈਂਕ ਯੂ ਭਾਜੀ yes over to ਨੀਸਰ ਵੈਲਕਮ ਜੀ ਸਾਰਿਆਂ ਨੂੰ ਟੀਮ ਗਾਂਧੀ 3 ਵੱਲੋਂ ਸੋ ਗਾਂਧੀ ਲਈ ਮੈਨੂੰ ਗਾਂਧੀ ਸੀਰੀਜ਼ਲੀ ਮਤਲਬ ਮੈਂ ਦੋ ਤਿੰਨ ਗੱਲਾਂ ਜ਼ਰੂਰ ਮੀਡੀਆ ਨਾਲ ਸ਼ੇਅਰ ਕਰਨੀਆਂ ਚਾਹਾਂਗਾ ਸੋ ਜਦੋਂ ਗਾਂਧੀ 1 ਆਈ ਸੋ ਗਾਂਧੀ 1 ਉਸ ਟਾਈਮ ਦੇ ਉੱਤੇ ਇੱਕ ਬਹੁਤ ਐਦਾਂ ਦਾ ਪ੍ਰੋਜੈਕਟ ਸੀਗਾ ਜਦੋਂ ਸਿਨੇਮਾ ਕੁਝ ਹੋਰ ਡਿਫਰੈਂਟ ਤਰੀਕੇ ਦਾ ਚੱਲ ਰਿਹਾ ਸੀਗਾ ਤੇ ਗਾਂਧੀ ਫਿਲਮ ਨੂੰ ਲੈ ਕੇ ਉਸ ਟਾਈਮ ਤੇ ਇੱਕ ਫਿਲਮ ਬਣਾਉਣਾ ਪਹਿਲੇ ਫਿਲਮ ਮੇਕਰਜ਼ ਦੀ ਡੇਰਿੰਗ ਸੀ ਦੇਵ ਭਾਜੀ ਦਾ ਇਸ ਫਿਲਮ ਨੂੰ ਐਜ਼ ਅ ਮੇਨ ਲੀਡ ਉਸ ਕੈਰੈਕਟਰ ਨੂੰ ਐਕਸੈਪਟ ਕਰਨਾ ਬਹੁਤ ਵੱਡਾ ਚੈਲੰਜ ਸੀ ਬਟ ਅਗੇਨ ਆਲ ਆਡਸ ਇਹ ਫਿਲਮ ਨੇ ਨਵਾਂ ਮੀਲ ਪੱਥਰ ਸਾਬਿਤ ਕੀਤਾ ਆ ਇਵਨ ਮੈਂ ਇਹ ਕਹੂੰਗਾ ਕਿ ਪੰਜਾਬੀ ਸਿਨੇਮੇ ਚ ਇੱਕ ਉਹ ਚੀਜ਼ ਅਸੀਂ ਐਸਟੈਬਲਿਸ਼ ਕੀਤੀ ਜਦੋਂ ਆ ਬਹੁਤ ਕੰਪਲੇਂਟ ਸੀਗੀ ਕਿ ਯਾਰ ਪੰਜਾਬੀ ਸਾਰੇ ਸਿਰਫ ਸਿੰਗਰਸ ਚੱਲਦੇ ਨੇ ਸੋ ਇੱਕ ਨੌਨ ਸਿੰਗਰ ਫਿਲਮ ਅਸੀਂ ਸਾਰਿਆਂ ਨੇ ਮਿਲ ਕੇ ਮਿਹਨਤ ਕਰਕੇ ਲਿਆਂਦੀ ਔਰ ਇੱਕ ਨਵਾਂ ਐਕਸ਼ਨ ਸੁਪਰਸਟਾਰ ਇਸ ਇੰਡਸਟਰੀ ਨੂੰ ਦਿੱਤਾ ਦੇਵਪੱਜ ਦੀ ਰੂਪ ਚ ਬਹੁਤ ਸਾਰੀਆਂ ਚੀਜ਼ਾਂ ਉਸ ਫਿਲਮ ਨਾਲ ਐਸਟੈਬਲਿਸ਼ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਅਸੀਂ ਸਾਰੇ ਇੰਨਾ ਕਦੀ ਪ੍ਰੈਸ ਕਾਨਫਰੈਂਸਿਸ 'ਚ ਇਕੱਠੇ ਨਹੀਂ ਸੀ ਹੁੰਦੇ ਇੰਨੀਆਂ ਮੀਟਿੰਗਸ ਨਹੀਂ ਸੀ ਹੁੰਦੀਆਂ ਸੋ ਇਹ ਬਹੁਤ ਸਾਰੀਆਂ ਇਦਾਂ ਦੀਆਂ ਫਿਲਮਾਂ ਸੀਆਂ ਜਿਨ੍ਹਾਂ ਦੇ ਚ ਜਦੋਂ ਚਾਰ ਬੰਦੇ ਮੀਡੀਆ ਦੇ ਸੀਗੇ ਅੱਜ 40 ਬੰਦੇ ਮੀਡੀਆ ਦੇ ਅੱਜ ਇੱਕ ਪ੍ਰੈਸ ਕਾਨਫਰੈਂਸ ਆਣ ਲੱਗ ਪਏ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਇਸ ਫਿਲਮ ਦੀ ਇੰਡਸਟਰੀ ਨੂੰ ਦੇਣ ਨੇ ਸੋ ਮੈਨੂੰ ਲੱਗਦਾ ਕਿ ਫਿਲਮ 30 ਅਗਸਤ ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਜੀ ਸੋ ਬਹੁਤ ਦਿਲੋਂ ਸਪੋਰਟ ਕਰਨਾ ਫਿਲਮ ਦੀ ਔਰ ਫਿਲਮ ਪਲੀਜ਼ ਅਸੀਂ ਪ੍ਰੀਮੀਅਰ ਵੀ ਕਰਾਂਗੇ ਜੀ ਔਰ ਫਿਲਮ ਜਦੋਂ ਤੁਸੀਂ ਸਾਰੇ ਦੇਖੋ ਤੇ ਬਹੁਤ ਜੈਨੂਇਨ ਰਿਵਿਊਜ਼ ਦੀ ਤੁਹਾਡੇ ਤੋਂ ਅਸੀਂ ਵੇਟ ਕਰਾਂਗੇ ਸਾਰੀ ਟੀਮ ਸੋ ਪਲੀਜ਼ 30 ਅਗਸਟ ਨੂੰ ਅਸੀਂ ਫਿਲਮ ਬਣਾਤੀ ਹੈ ਜਿਸ ਨਾਓ ਇਟ ਇਜ਼ ਯੂਅਰ ਰਿਸਪੌਂਸਿਬਿਲਟੀ ਯੂਅਰ ਡਿਊਟੀ ਕਿ ਸਾਡਾ ਮੈਸੇਜ ਜਿਹੜਾ ਉਹ ਆਡੀਅנס ਤੇ ਜਨਤਾ ਤੱਕ ਪਹੁੰਚਾਓ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਰ ਸੋ ਮਾਈ ਕੁਐਸਚਨ ਇਜ਼ fromParams ਅੰਕਿਤਾ ਤੁਸੀਂ ਟੈਲੀਵਿਜ਼ਨ ਤੋਂ ਹੋਨੇ تھے ਇਸ ਮੂਵੀਜ਼ ਦੇ ਵਿੱਚ ਪਾਰਟ ਬਣ ਰਹੇ ਹੋ ਬਹੁਤ ਵੱਡੀ ਗੱਲ ਹੈ ਤਾਂ ਤੁਸੀਂ ਕਿੰਨਾ ਕੁ ਬlesਸ ਫੀਲ ਕਰ ਰਹੇ ਹੋ ਇਸ ਟਾਈਮ ਰਾਈਟ ਨਾਓ ਇੱਥੇ ਬਹਿ ਕੇ ਤੇ ਇਸ ਮੂਵੀ ਦਾ ਪਾਰਟ ਬਣ ਕੇ ਪਹਿਲੀ ਗੱਲ ਤਾਂ ਮੈਂ ਮੈਡੀਕਲ ਸਟੂਡੈਂ ਮੂਵੀ ਵੇਖਦੇ ਨਹੀਂ ਹੁੰਦੇ ਸੀ ਮੈਂ ਬੀਂਗ ਅ ਪਰਸਨ ਇੱਕ ਮੈਡੀਕਲ ਸਟੂਡੈਂਟ ਹੋਣ ਤੋਂ ਬਾਅਦ ਪੰਜਾਬੀ ਫਿਲਮਸ ਦੇਖਨੀ ਸ਼ੁਰੂ ਕੀਤੀਆਂ ਦੇਵ ਸਰ ਦੇ ਕਰਕੇ ਇੱਕ ਮੇਰੇ ਲਈ ਫੈਨ ਵੂਮਨ ਵੀ ਹੈ ਐਂਡ ਆਮ ਫੀਲਿੰਗ ਸੋ ਬlesed ਕਿ ਉਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਬਸ ਬlesed ਫੀਲ ਕਰਦੀ ਆ ਬਹੁਤ ਜ਼ਿਆਦਾ ਮਨਦੀਪ ਸਰ ਦਾ ਥੈਂਕ ਯੂ ਕਰਦੀ ਆ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਓ ਥੈਂਕ ਯੂ ਸੋ ਮੱਚ ਸੋ ਨਾਉ ਇਟਸ ਓਵਰ ਟੂ ਮੀਡੀਆ ਸੋ ਯੈਸ ਭਾਈ ਸ਼ਸ਼ੀ ਗੱਲ ਜੀ ਸਾਰੇ ਨੂੰ ਦੇ ਵੀਰੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਗਾਂਧੀ ਉਹ ਕਹਾਣੀਆਂ ਹਨ ਤੁਸੀਂ ਜਿੱਦਾਂ ਪਹਿਲਾਂ ਦੱਸ ਰਹੇ ਸੀ ਕਿ ਕਿ ਬੰਦਾ ਚਾਹੇ ਨਹੀਂ ਰਹਿੰਦਾ ਤੇ ਉਹਦੀ ਕਹਾਣੀ ਚੱਲਦੀ ਰਹਿੰਦੀ ਹੈ ਹਨ ਤੇ ਮੇਬੀ ਜਿੰਨਾ ਕ ਅਸੀਂ ਪੜਿਆ ਕਿ ਗਾਂਧੀ ਦੀ ਆਪਣੀ ਲੜਾਈ ਕੋਈ ਨਹੀਂ ਸੀ ਦੂਜਿਆਂ ਲਈ ਲੜਦਾ ਸੀਗਾ ਹਨ ਕਿ ਇਹ ਦਿਖਾਉਣਾ ਜ਼ਰੂਰੀ ਹੁੰਦਾ ਹਨਾ ਕਿ ਜਦੋਂ ਇੱਕ ਬੰਦਾ ਨਹੀਂ ਰਹਿੰਦਾ ਉਹਦਾ ਪਰਿਵਾਰ ਕੀ ਸਫਰ ਕਰਦਾ ਉਹ ਵੀ ਅਸੀਂ ਫਿਲਮਾਂ ਚ ਵਖਾ ਸਕਦੇ ਹਾਂ ਕਿ ਉਹਦੇ ਪਰਿਵਾਰ ਨੇ ਇਸ ਤੋਂ ਬਾਅਦ ਕੀ ਸਫਰ ਕੀਤਾ ਬੰਦਾ ਨਹੀਂ ਰਿਹਾ ਉਹਦੇ ਪਰਿਵਾਰ ਤੇ ਬਹੁਤ ਚੀਜ਼ਾਂ ਵੀ ਇਦੀਆਂ ਨੇ ਮੈਨੂੰ ਲੱਗਦਾ ਹੈ ਆਡੀਅנס ਕੀ ਦੇਖਣਾ ਚਾਹੁੰਦੀ ਹੈ ਇਹ ਜ਼ਿਆਦਾ ਮੈਟਰ ਕਰਦਾ ਹੈ ਆਡੀਅנס ਕੀ ਦੇਖਣਾ ਚਾਹੁੰਦੀ ਹੈ ਕਿਉਂਕਿ ਅਸੀਂ ਪਰਿਵਾਰ ਦੀ ਜਿਹੜੀ ਕਹਾਣੀ ਆ ਉਹ 2 ਦੇ ਵਿੱਚ ਦਿਖਾ ਚੁੱਕੇ ਹਾਂ ਭਤੀਜੇ ਤੋਂ ਲਾ ਕੇ ਭਾਬੀ ਕਰਦਾ ਹਾਲਾਤ ਹਰ ਵਾਰ ਆਡੀਅנס ਨੂੰ ਤੁਹਾਨੂੰ ਨਵਾਂ ਕੁਝ ਦੇਣਾ ਪੈਂਦਾ ਤੁਸੀਂ ਸੇਮ ਚੀਜ਼ਾਂ ਨਹੀਂ ਦਿਖਾ ਸਕਦੇ ਬਾਕੀ ਉਹ ਇੱਕ ਚੰਗੇ ਪਰਿਵਾਰ ਦਾ ਮੁੰਡਾ ਸੀਗਾ 50 60 ਕਿੱਲਾਂ ਵਾਲਾ ਪਰਿਵਾਰ ਸੀਗਾ ਤੇ ਉਹ ਲੋਕਾਂ ਦਾ ਭਲਾ ਕਰਦਾ ਕਰਦਾ ਹੀ ਦੁਨੀਆ ਤੋਂ ਚਲਾ ਗਿਆ ਉਹਦੀ ਆਪਣੀ ਕੋਈ ਲੜਾਈ ਨਹੀਂ ਸੀ ਉਹਦੀਆਂ ਸਾਰੀਆਂ ਦੁਸ਼ਮਣੀਆਂ ਲੋਕਾਂ ਲਈ ਹੋਈਆਂ ਲੋਕਾਂ ਲਈ ਖੜਿਆ ਲੋਕਾਂ ਲਈ ਅੜਿਆ ਜਿਵੇਂ ਯਾਰੀ ਦੀ ਐਗਜ਼ੈਂਪਲ ਅਸੀਂ ਲਈ ਆ ਗਾਂਧੀ ਯਾਰਾਂ ਦਾ ਯਾਰ ਇਹ ਤੋਂ ਪਹਿਲਾਂ ਜਿਹੜੀ ਹੈ ਈਸੀਓ ਰੋਬਨ ਹੁੱਡ ਸੀ ਉਹਦੇ ਉਹ ਕੰਮ ਦਿਖਾਈ ਗਏ ਜਿਹੜੇ ਉਹਨੇ ਉਹ 3 ਭੈਣਾਂ ਜਿਹੜੀਆਂ ਛੱਡੀਆਂ ਹੋਈਆਂ ਸੀ ਉਹ ਵਸਾਈਆਂ ਇਹਦੇ ਵਿੱਚ ਦਿਖਾਇਆ ਕਿ ਯਾਰੀ ਲਈ ਜਿਹਨੂੰ ਇੱਕ ਵਾਰ ਯਾਰ ਕਹਤਾ ਉਹਦੀ ਜਿੱਡੀ ਮਰਜ਼ੀ ਵੱਡੀ ਲੜਾਈ ਆ ਚਾਹੇ ਜਾਨ ਜਾਵੇ ਜਿਵੇਂ ਉਹਦੇ ਵਿੱਚ ਤੁਸੀਂ ਡਾਇਲੌਗਸ ਦੇ ਵਿੱਚ ਉਹ ਚੀਜ਼ਾਂ ਕਲੀਅਰ ਹੋ ਰਹੀਆਂ ਨੇ ਕਿ ਇਹ ਲੱਖੀ ਦਾ ਡਾਇਲੌਗ ਆ ਕਹਿੰਦਾ ਫਿਰ ਦੱਸੋ ਕੀ ਕਰਨਾ ਕਹਿੰਦੇ ਤੇਰੇ ਨਾਲ ਹੀ ਆ ਜਿੱਥੇ ਲੈ ਕੇ ਚੱਲਣਾ ਚੱਲ ਇੱਕ ਜੇ ਕੋਈ ਕਿਸੇ ਜੇ ਕਿਸੇ ਨੂੰ ਯਾਰ ਕਹਦਾ ਉਹਦੀ ਮੁਸੀਬਤ ਦੇ ਵਿੱਚ ਉਹਦਾ ਸਾਥ ਲਈ ਖੜ ਗਿਆ ਤਾਂ ਬਾਕੀ ਕਹਿੰਦੇ ਸੀ ਲੈ ਇੱਕ ਪਰਚਾ ਹੋਰ ਤਿਆਰ ਹੈ ਪਰ ਉਹ ਪਰਚੇ ਪਵਾਉਂਦੇ ਸੀ ਖੜਦੇ ਸੀ ਉਹਦੇ ਨਾਲੇ ਬਹੁਤ ਵੱਡੀ ਇੱਕ ਐਗਜ਼ਾਮਪਲ ਹੈ ਔਰ ਬਾਕੀ ਰਹੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣ ਪਰਿਵਾਰ ਸਫਰ ਕਰਨ ਦੀ ਇਹ ਤੁਸੀਂ ਰੀਅਲ ਲਾਈਫ ਚ ਕੀਤੀ ਹੈ ਜਾਂ ਰੀਅਲ ਲਾਈਫ ਚ ਕੀਤੀ ਹੈ ਕਿੱਥੇ ਦਿਖਾਈਏ ਇਹ ਚੀਜ਼ ਥੈਂਕ ਯੂ ਜੀ ਜੀ ਸੱਸ਼ੀ ਗੱਲ ਸਾਰੀ ਟੀਮ ਨੂੰ ਇਹ ਮੈਨੂੰ ਹਰ ਇੱਕ ਤੁਹਾਡਾ ਕਲੀਅਰ ਨਹੀਂ ਹੋਇਆ ਰੀਅਲ ਰੀਅਲ ਜੋ ਉਹਦਾ ਕੁਛ ਨਹੀਂ ਕਿ ਆਪਾਂ ਮਤਲਬ ਇਹ ਚੀਜ਼ਾਂ ਬਹੋਣੀਆਂ ਚਾਹੀਦੀ ਪਰਿਵਾਰ ਵੀ ਪਿੱਛੇ ਕਿ ਪਰਿਵਾਰ ਮੈਨੂੰ ਲੱਗਦਾ ਪਰਿਵਾਰ ਓਕੇ ਆ ਪਰਿਵਾਰ ਦੀ ਸਹਿਮਤੀ ਨਾਲ ਫਿਲਮ ਬਣੀ ਆ ਪਰਿਵਾਰ ਨੇ ਜੋ ਸਾਡੇ ਪ੍ਰੋਡਿਊਸਰ ਸਾਹਿਬ ਬੈਠੇ ਨੇ ਇਹਨਾਂ ਨੇ ਜਦੋਂ ਇਹ ਫਿਲਮ ਦੇ ਰਾਈਟਸ ਲੈ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿੰਨੀਆਂ ਮਰਜ਼ੀ ਸੀਰੀਜ਼ ਦੇ ਉੱਤੇ ਬਣਾ ਸਕਦੇ ਉਹਨਾਂ ਨੇ ਓਕੇ ਕਰਕੇ ਲਿਖ ਕੇ ਬਕਾਇਦਾ ਉਹਨਾਂ ਵੱਲੋਂ ਕਦੇ ਕੋਈ ਆਬਜੈਕਸ਼ਨ ਨਹੀਂ ਆਇਆ ਮੈਂ ਹੁਣ ਗਾਂਧੀ 2 ਤੇ ਫੇਰ ਆਉਣਾ ਕਿ ਜਦੋਂ ਗਾਂਧੀ 2 ਸਾਡੀ ਫਿਲਮ ਸੀ ਤਾਂ ਇੱਕ ਕੁਝ ਲੋਕ ਸੀਗੇ ਜਿਹੜੇ ਉਹਨੂੰ ਰਿਲੀਜ਼ ਨਹੀਂ ਸੀ ਹੋਣ ਦੇਣਾ ਚਾਹੁੰਦੇ ਬਟ ਉਹਨਾਂ ਦਾ ਭਰਾ ਮਹਿੰਦੀ ਗਾਂਧੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਛੋਟਾ ਭਾਈ ਹੈ ਇਹ ਮੇਰਾ ਗਾਂਧੀ ਹੈ ਉਹਨਾਂ ਨੇ ਇੰਟਰਵਿਊ ਦਿੱਤੀ ਤਾਂ ਮੰਦਭਾਗੀ ਘਟਨਾ ਕੁਝ ਦਿਨਾਂ ਬਾਅਦ ਉਹਨਾਂ ਦਾ ਮਰਡਰ ਹੋ ਜਾਂਦਾ ਬਟ ਉਹ ਮੋਢੇ ਨਾਲ ਮੋਢਾ ਲਾ ਕੇ ਉਹ ਕਹਿੰਦੇ ਮੇਰੇ ਭਰਾ ਦੀ ਫਿਲਮ ਹੈ ਤੇ ਮੈਂ ਰਿਲੀਜ਼ ਕਰਾਉਣ ਲਈ ਹਿੱਕ ਤਾਣ ਕੇ ਖੜਾ ਹਾਂ ਉਹ ਇੰਟਰਵਿਊ ਅੱਜ ਵੀ ਪਈ ਹੈ ਜਾ ਕੇ ਦੇਖ ਸਕਦੇ ਹੋ ਥੈਂਕ ਯੂ ਥੈਂਕ ਯੂ ਜੀ ਸਸ਼ੀ ਗਾਲ ਸਾਡੀ ਟੀਮ ਨੂੰ ਬਹੁਤ ਵਧੀਆ ਜੀ ਠੀਕ ਠਾਕ ਬਹੁਤ ਵਧੀਆ ਵੀਰੇ ਬਹੁਤ ਵਧੀਆ ਜੀ ਰਾਈਟ ਸੋ ਇੱਕ ਬਹੁਤ ਚੰਗੀ ਗੱਲ ਹੈ ਕਿ ਸਾਡਾ ਸਿਨੇਮਾ ਉਹਨੂੰ ਬਹੁਤ ਤਰੱਕੀ ਕਰ ਰਿਹਾ ਹੈ ਹਨਾ ਇੱਕ ਚੰਗੀ ਗੱਲ ਹੈ ਬਟ ਇੱਕ ਛੋਟਾ ਜਿਹਾ ਅਫਸੋਸ ਹੈ ਵੀ ਐਕਸ਼ਨ ਦੇ ਨਾਪ ਤੇ ਸਾਡੇ ਕੋਲ ਗਾਂਧੀ ਔਰ ਬਲੈਕੀਆ ਹੀ ਆ ਹਨਾ ਤਾਂ ਅੱਗੇ ਐਕਸ਼ਨ ਫਿਲਮਾਂ ਬਣਨ ਡਾਕੂਆਂ ਦਾ ਮੁੰਡਾ ਵੀ ਆ ਡਾਕੂਆਂ ਦਾ ਮੁੰਡਾ ਡੀਐਸਪੀ ਦੇਵ ਵੀ ਆ ਜੀ 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 ਬਹੁਤ ਨੇ ਗਿਣਤੀ ਹੈਗੀ ਆਪਾਂ ਸੋਚਦੇ ਨਹੀਂ ਦੇਖਦੇ ਨਹੀਂ ਵੀ ਪਿੱਛੇ ਬਹੁਤ ਫਿਲਮਾਂ ਚੱਲੀਆਂ ਨੇ ਬਹੁਤ ਜ਼ਿਆਦਾ ਕਾਮੇਬਲ ਸੀਰੀਅਸ ਨੇ ਜਿਹੜੀ ਮਤਲਬ ਐਕਸ਼ਨ ਨੇ ਬਹੁਤ ਜੱਟਾਂ ਦੇ ਵੀ ਆ ਹਾਂ ਵਰਿੰਦਰ ਜੀ ਦੀਆਂ ਬਹੁਤ ਫਿਲਮਾਂ ਨੇ ਐਕਸ਼ਨ ਦੇ ਉੱਤੇ ਅਪਕਮਿੰਗ ਦੀ ਅਗਰ ਆਪਾਂ ਗੱਲ ਕਰੀਏ ਫਿਊਚਰ ਦੀ ਆਪਾਂ ਗੱਲ ਕਰੀਏ ਤਾਂ ਜਿਵੇਂ ਹੁਣ ਮਨੀਸ਼ਾਨੀ ਸਾਹਿਬ ਵੀ ਇੱਥੇ ਬੈਠੇ ਨੇ ਪ੍ਰੋਡਿਊਸਰ ਸਾਹਿਬ ਵੀ ਬੈਠੇ ਨੇ ਇੱਥੇ ਤੇ ਫਿਊਚਰ ਦੇ ਵਿੱਚ ਕੀ ਕੁਝ ਤਿਆਰ ਕੀਤਾ ਜਾ ਰਿਹਾ ਹੈ ਪੰਜਾਬੀ ਸਿਨੇਮਾ ਦੇ ਵਿੱਚ ਔਰ ਪੈਰਲਰਲੀ ਕੰਪੈਰੀਜ਼ਨ ਵੀ ਹੁੰਦਾ ਆ ਜ਼ਾਹਿਰ ਜੀ ਗੱਲ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਸਿਨੇਮਾ ਬਣਦੇ ਆ ਤੇ ਕੰਪੈਰੀਜ਼ਨ ਕਿਤਨਾ ਕਿਤੇ ਹੁੰਦਾ ਆ ਸੋ ਬਹੁਬਲੀ ਤੱਕ ਪਹੁੰਚ ਗਿਆ ਚੀਜ਼ਾਂ ਉਹ ਅੱਗੇ ਤੱਕ ਜਾਣ ਲਈ ਮਤਲਬ ਕੀ ਤਿਆਰੀ ਚੱਲ ਰਹੀ ਹੈ ਆਪਣੇ ਦੇਖੋ ਵੀਰੇ ਇੱਕ ਆਪਾਂ ਨਾ ਜਦੋਂ ਘ ਜੇ ਆਪਾਂ ਲੌਨ ਤਿਆਰ ਕਰਦੇ ਆਪਾਂ ਤਾਂ ਉਹਦੇ ਵਿੱਚ ਇੱਕ ਫਲਵਾੜੀ ਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਆਉਣੇ ਆ। ਸਿਨੇਮੇ ਦੇ ਵਿੱਚੋਂ ਜਦੋਂ ਹਰ ਤਰ੍ਹਾਂ ਦੀ ਫਿਲਮ ਬਣਦੀ ਹੈ, ਕਾਮੇਡੀ ਬਣਦੀਆਂ ਨੇ, ਮਸਤਾਨੇ ਵਰਗੀਆਂ ਫਿਲਮਾਂ ਬਣਦੀਆਂ ਨੇ, ਮੌੜ ਵਰਗੀਆਂ ਵੀ ਬਣਦੀਆਂ ਨੇ ਹਨਾ ਤੇ ਅਰਦਾਸ ਵਰਗੀਆਂ ਵੀ ਬਣਦੀਆਂ ਨੇ, ਗਾਂਧੀ ਵਰਗੀਆਂ, ਡਾਕੂਆਂ ਦੇ ਮੁੰਡੇ ਵਰਗੀਆਂ ਤਾਂ ਫਲਵਾੜੀ ਦੇ ਵਿੱਚ ਫਿਰ ਹਰ ਤਰ੍ਹਾਂ ਦਾ ਫੁੱਲ ਬਣ ਜਾਂਦਾ, ਕਾਮੇਡੀ ਵੀ ਬਣਦਾ। ਔਰ ਜਿੱਥੋਂ ਤੱਕ ਸਾਡੀ ਗੱਲ ਹੈ, ਅਸੀਂ ਬਹੁਤ ਚੰਗਾ ਸਿਨੇਮਾ ਲੈ ਕੇ ਆ ਰਹੇ ਹਾਂ, ਉਸ ਲੜੀ ਦੇ ਵਿੱਚ ਮਝੈਲ ਆ ਰਹੀ ਹੈ। ਉਹ ਇੱਕ ਡਿਫਰੈਂਟ ਕਾਈਂਡ ਆਫ ਸਿਨੇਮਾ ਹੈਗਾ, ਉਹਦੇ ਵਿੱਚ ਅਸੀਂ ਗੱ ਮਝੈਲੀਆਂ ਦੀ ਉਹੀ ਲੈਂਗੁਏਜ ਉਹੀ ਸਾਰਾ ਕੁਝ ਹਰ ਵਕਤ ਕੁਛ ਨਾ ਕੁਛ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵੇਂ ਕਿਰਦਾਰ ਲੱਭਣ ਦੀ ਨਵੇਂ ਤਰੀਕੇ ਨਾਲ ਪਲੇ ਕਰਨ ਦੀ ਫਿਰ ਇੱਕ ਫਿਲਮ ਮੇਰੀ ਮਨੀਸ਼ਪਾ ਜੀ ਦੇ ਨਾਲ ਹੁਣ ਅਸੀਂ ਸ਼ਾਇਦ ਬਾਬਾ ਜੀ ਨੇ ਚਾਹਿਆ ਥੋੜੇ ਦਿਨਾਂ ਚ ਅਸੀਂ ਅਨਾਉਂਸ ਕਰਾਂਗੇ ਉਹ ਵੀ ਅਸੀਂ ਸੋਚ ਰਹੇ ਹਾਂ ਕਿ ਡਾਇਰੈਕਟਰ ਵੀ ਸਾਰੇ ਅਲੱਗ-ਅਲੱਗ ਕਰੀਏ ਵਧੀਆ ਜਿਹੜੇ ਪੰਜਾਬੀ ਇੰਡਸਟਰੀ ਦੇ ਵਧੀਆ ਡਾਇਰੈਕਟਰ ਨੇ ਵਧੀਆ ਸਿਨੇਮਾ ਦਿੱਤਾ ਜਿਨ੍ਹਾਂ ਨੇ ਫਿਰ ਡ੍ਰੀਮ ਰਿਐਲਿਟੀ ਨਾਲ ਤਾਂ ਮੈਂ ਜੁੜਿਆ ਹੋਈ ਹਾਂ ਸਾਡੀਆਂ ਬਹੁਤ ਵਧੀਆ ਪਲੈਨਿੰਗ ਚੱਲ ਰਹੀ ਹੈ ਨੇ ਅੱਗੇ ਔਰ ਜਿਹੜੀ ਤੁਸੀਂ ਸਾਨੂੰ ਜੇ ਤੁਸੀਂ ਜਿਵੇਂ ਸਾਊਥ ਦਾ ਸਿਨੇਮਾ ਅੱਜ ਸਾਡੇ 'ਚ ਆ ਗਿਆ ਸਾਡੇ 'ਚ ਘਰ ਕਰ ਗਿਆ ਸਾਨੂੰ ਉਹਨਾਂ ਦੇ ਹਰ ਹੀਰੋ ਬਾਰੇ ਪਤਾ ਹੈ ਕਿ ਪੁਸ਼ਪਾ ਕਦੋਂ ਆਉਣੀ ਆ ਬਾਹੂਬਲੀ 2 ਜਾਂ ਕੇਜੀਐਫ ਕਦੋਂ ਰਿਲੀਜ਼ ਹੋਣੀ ਆ ਸਭ ਪਤਾ ਜੇ ਤੁਸੀਂ ਇਹ ਚਾਹੋਗੇ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਕਿ ਪੰਜਾਬੀ ਦੀ ਫਲਾਣੀ ਫਿਲਮ ਕਦੋਂ ਰਿਲੀਜ਼ ਹੋਣੀ ਆ ਕਦੋਂ ਹੋ ਤਾਂ ਉਹ ਐਕਸ਼ਨ ਜਨਰਰੀ ਹੈ ਕਿ ਜਿਹੜਾ ਕਿਉਂਕਿ ਉਹ ਐਕਸ਼ਨ ਜਨਰਰ ਕਰਕੇ ਸਾਰੇ ਕਿਤੇ ਉਹਨਾਂ ਦਾ ਸਿਨੇਮਾ ਛਾਇਆ ਸਾਨੂੰ ਵੀ ਐਕਸ਼ਨ ਹੌਲੀ-ਹੌਲੀ ਉਸ ਪੱਧਰ ਤੇ ਲਿਜਾਣਾ ਪਊਗਾ ਤਾਂ ਕਿ ਸਾਡੇ ਸਿਨੇਮੇ ਬਾਰੇ ਵੀ ਉਹਨਾਂ ਨੂੰ ਪਤਾ ਹੋਵੇ ਵੀ ਪੰਜਾਬੀ ਦੀ ਆ ਐਕਟਰ ਦੀ ਫਿਲਮ ਇਸ ਟਾਈਮ ਤੇ ਇਸ ਵਕਤ ਤੇ ਰਿਲੀਜ਼ ਹੋਊਗੀ ਉਹਦੇ ਲਈ ਦੇਖੋ ਐਫਰਟ ਕਰ ਰਹੇ ਨੇ ਸਾਰੇ ਸੋ ਹੁਣ ਡ੍ਰੀਮ ਰਿਐਲਿਟੀ ਵਾਲਿਆਂ ਨੇ ਸੋਚਿਆ ਕਿ ਜਿਹੜੀ ਸੀ ਅਗਲੀ ਫਿਲਮ ਬਣਾਵਾਂਗੇ ਉਹਦਾ ਐਕਸ਼ਨ ਵੀ ਨੈਕਸਟ ਲੈਵਲ ਤੇ ਹੋਊਗਾ ਇਹਦਾ ਵੀ ਅਸੀਂ ਬਹੁਤ ਵਧੀਆ ਐਕਸ਼ਨ ਕੀਤਾ ਗਾਂਧੀ ਦਾ ਜਦ ਤੁਸੀਂ ਦੇਖੋਗੇ ਸਿਨੇਮੇ ਚ ਜਾਓਗੇ ਉਦੋਂ ਪਤਾ ਲੱਗੂਗਾ ਤੁਹਾਨੂੰ ਸੋ ਸਾਡੀਆਂ ਕੋਸ਼ਿਸ਼ਾਂ ਨੇ ਹੁਣ ਦੇਖੋ ਬੂਰ ਕਦੋਂ ਪੈਂਦਾ ਸੀ ਲੱਗੇ ਹੋਏ ਆ ਸਤ੍ਰੀਕਾਲ ਸਾਰਿਆਂ ਨੂੰ ਸਰ ਮੇਰਾ ਸਵਾਲ ਤੁਹਾਨੂੰ ਹੈ ਜਿਵੇਂ ਟ੍ਰੇਲਰ ਦੇ ਵਿੱਚ ਕਿਹਾ ਗਿਆ ਹੈ ਕਿ ਗਾਂਧੀ ਯੂਥ ਆਈਕਨ ਹੈ ਜੇ ਤੁਹਾਡੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਯੂਥ ਆਈਕਨ ਹੋ ਤੁਹਾਨੂੰ ਬਹੁਤ ਸਾਰਾ ਯੂਥ ਜਿਹੜਾ ਇਹ ਫੋਲੋ ਕਰਦਾ ਸੋ ਇੱਕ ਰਿਸਪੌਂਸਿਬਿਲਟੀ ਤੁਸੀਂ ਵੀ ਆਪਣੇ ਮੋਢਿਆਂ ਤੇ ਫੀਲ ਕਰਦੇ ਹੋ ਬਿਲਕੁਲ ਕਰਦਾ ਜੀ ਮੈਨੂੰ ਆਲਵੇਜ਼ ਇਹ ਡਰ ਰਹਿੰਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਚੱਲ ਜਾਏ ਯੂਥ ਨੂੰ ਤਾਂ ਹੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਮੈਸੇਜ ਕਿਵੇਂ ਕਨਵੇ ਕਰ ਸਕਦੇ ਹਾਂ ਯੂਥ ਨੂੰ ਜੇ ਤੁਸੀਂ ਗਾਂਧੀ 2 ਦੇਖੀ ਹੋਗੀ ਤਾਂ ਉਹਦੇ ਵਿੱਚ ਇੱਕ ਸਪੀਚ ਹੈ ਉਹ ਮੈਂ ਖੁਦ ਲਿਖੀ ਸੀਗੀ ਉਹ ਫਿਲਮ ਦੇ ਵਿੱਚ ਹੈ ਨਹੀਂ ਸੀਗੀ ਉਹ ਜਦੋਂ ਬੋਲਦਾ ਜਾ ਕੇ ਮਾਈਕ ਹੋ ਕੇ ਉਹਦਾ ਤਾਂ ਉਹ ਇੰਨੀ ਮੋਟੀਵੇਟ ਕਰਦੀ ਆ ਲੋਕਾਂ ਨੂੰ ਕਿ ਤੁਸੀਂ ਪੋਲਿਟਿਕਸ ਦੇ ਹੱਥੇ ਨਾ ਚੜੋ ਨੌਜਵਾਨਾਂ ਨੂੰ ਕਿਹਾ ਗਿਆ ਇੱਕ ਬਹੁਤ ਵੱਡਾ ਮੈਸੇਜ ਸੀਗਾ ਫਿਰ ਡਾਕੂਆਂ ਦਾ ਮੁੰਡਾ ਉਹ ਚ ਮੈਸੇਜ ਸੀ ਡੀਐਸਪੀ ਦੇਵ ਚ ਮੈਸੇਜ ਸੀ ਬਲੈਕੀਆ ਚ ਮੈਸੇਜ ਸੀ ਕੋਈ ਫਿਲਮ ਮਤਲਬ ਮੈਂ ਕੋਸ਼ਿਸ਼ ਇਹ ਹੁੰਦੀ ਆ ਕਿਉਂਕਿ ਸਾਡਾ ਐਕਸ਼ਨ ਜਨਰ ਆ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਐਕਸ਼ਨ ਦੇ ਜ਼ਰੀਏ ਸਾਡੇ ਤਾਂ ਛੋਟੀ ਜੀ ਗੱਲ ਚੱਕ ਲੈਂਦੇ ਆ ਵੀ ਯਾਰ ਆਪ ਇਹ ਪਿਸਤੌਲ ਕੱਢ ਕੇ ਖੜ ਗਏ ਤਲਵਾਰਾਂ ਕੱਢ ਕੇ ਖੜ ਗਏ ਇਹ ਯੂਥ ਨੂੰ ਕਿਹੜੇ ਪਾਸੇ ਲਾ ਰਹੇ ਨੇ ਗਲਤ ਪਾਸੇ ਲੈ ਕੇ ਜਾ ਰਹੇ ਨੇ ਸੋ ਬਹੁਤ ਡਰ ਕੇ ਸਿਨੇਮਾ ਕਰਦੇ ਆ ਅਸੀਂ ਅਸੀਂ ਐ ਨਹੀਂ ਬੇਚੋ ਕੇ ਸਹਮਣੀ ਕਰਦੇ ਬੇਖੌਫ ਹੋ ਕੇ ਕਹਿ ਦਈਏ ਯਾਰ ਆ ਚੀਜ਼ ਵੀ ਪਾਲਾ ਇਹਦੇ ਵਿੱਚ ਆ ਵੀ ਐਡ ਕਰ ਦੇ ਜਾਂਦਾ ਜਾਣਦੇ ਸਾਡੀ ਫਿਲਮ ਚੱਲਣੀ ਚਾਹੀਦੀ ਆ ਅਸੀਂ ਉਹ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਆ ਕਿਰ ਕੁਝ ਗਲਤ ਨਾ ਦਿਖਾਈਏ ਇਹਨੂੰ ਕੱਢ ਦੀਏ ਫਿਲਮ ਦੇ ਵਿੱਚੋਂ ਨਹੀਂ ਯਾਰ ਇਹਦਾ ਗਲਤ ਮੈਸੇਜ ਜਾਊਗਾ ਸੋ ਮੈਂ ਖੁਦ ਖਿਆਲ ਰੱਖਦਾ ਇਹਨਾਂ ਚੀਜ਼ਾਂ ਦਾ ਔਰ ਸਾਡੀ ਟੀਮ ਸਾਰੀ ਰਿਸਪੌਂਸੀਬਲ ਟੀਮ ਹੈ ਅਸੀਂ ਜੇ ਕੁਝ ਚੀਜ਼ਾਂ ਸੀ ਐਡ ਕਰਨੀ ਹੁੰਦੀ ਤਾਂ ਇਹੋ ਜਿਹੀ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਫਿਲਮ ਤਾਂ ਬਹੁਤ ਚਲਾ ਜਾਣਗੀਆਂ ਪਰ ਉਹ ਮੈਸੇਜ ਗਲਤ ਜਾਊਗਾ ਲੋਕਾਂ ਨੂੰ ਸੋ ਉਹਨਾਂ ਚੀਜ਼ਾਂ ਨੂੰ ਅਸੀਂ ਐਡਿਟ ਕਰਦੇ ਨੇ ਔਰ ਹਰ ਵਕਤ ਕੋਸ਼ਿਸ਼ ਰਹਿੰਦੀ ਹੈ ਜੀ ਕਿ ਯੂਥ ਫਾਲੋ ਕਰਦਾ ਹੈ ਤੇ ਉਹਨਾਂ ਨੂੰ ਚੰਗਾ ਮੈਸੇਜ ਹੀ ਕਨਵੇ ਕਰੀ ਆਲਵੇਸ ਭਾਜੀ ਸੱਸੇ ਘਰ ਇੱਧਰ ਸਾਹਮਣੇ ਇੱਧਰਲੇ ਪਾਸੇ ਭਾਜੀ ਮੈਂ ਚੰਡੀਗੜੀ ਪਲੇ ਵਧਿਆ ਸੀ ਕਾਲਜੇਸ ਦੇ ਪਹਿਲੇ ਤਾਂ ਮੈਂ ਸਰ ਮੋਡ ਬਹੁਤ ਲੇਟ ਦੇਖੀ ਐਂਡ ਇਟਸ ਵਨ ਆਫ ਦਾ ਫਾਈਨੇਸਟ ਸਿਨੇਮਾ ਆਫ ਪੰਜਾਬੀ ਬਹੁਤ ਵਧੀਆ ਫਿਲਮ ਹੈ ਬਹੁਤ ਅੱਛੀ ਤਰ੍ਹਾਂ ਉਹਨੂੰ ਡਾਇਰੈਕਟ ਕੀਤਾ ਥ ਕਿਸ਼ਨੇ ਦਾ ਰੋਲ ਬਹੁਤ ਅੱਛਾ ਰਗਿਆ ਅਸੀਂ ਜਤਿੰਦਰ ਮੋਰ ਨਾਲ ਦੁਬਾਰਾ ਕੰਮ ਕਰ ਰਹੇ ਹਾਂ ਸਾਨੀ ਸਾਹਿਬ ਪ੍ਰੋਡਿਊਸਰ ਨੇ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਸੋ ਅਸੀਂ ਜੇ ਕੋਈ ਹੀਰੇ ਬੰਦੇ ਇੰਡਸਟਰੀ ਦੇ ਹੈਗੇ ਨੇ ਉਹਨਾਂ ਨੂੰ ਜ਼ਰੂਰ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹ ਹੋਰ ਚੰਗਾ ਸਿਨੇਮਾ ਜਿਹੜਾ ਹੈਗਾ ਉਹਨਾਂ ਦੀ ਲੋੜ ਹੈ ਇਸ ਟਾਈਮ ਜ਼ਰੂਰਤ ਹੈ ਸਾਨੂੰ ਪੰਜਾਬੀ ਸਿਨੇਮਾ ਬਹੁਤ ਹੀ ਅੱਛੀ ਫਿਲਮ ਬਣਾਈ ਗਈ ਹੈ ਥੈਂਕ ਯੂ ਜੀ ਸਰ ਗਾਂਧੀ ਵੀ ਅੱਛੀ ਫਿਲਮ ਹੈ ਮੇਰਾ ਸਰ ਕੁਐਸਚਨ ਇਹ ਹੈ ਕਿ ਮੈਂ ਕਾਲਜਸ ਚ ਪੜਿਆ ਚੰਡੀਗੜ੍ਹ ਦੇ ਤਾਂ ਇੱਥੇ ਕਾਲਜਸ ਦੇ ਵਿੱਚ ਇਲੈਕਸ਼ਨ ਅੱਜਕੱਲ ਵੀ ਚੱਲ ਰਹੇ ਆ ਚੱਲ ਇਥੇ ਬਹੁਤ ساری ਵਾਰਦਾਤਾਂ ਹੋ ਜਾਂਦੀਆਂ ਵਾਰਦਾਤਾਂ ਕਦੀ ਗੋਲੀ ਦੀ ਕਦੀ ਕਿਰਪਾਨਾਂ ਦੀ ਉਹ ਸਾਰੀ ਖੌਫ ਪੈਦਾ ਕਰਦੀਆਂ ਜਿਹੜੇ ਬਾਕੀ ਦੇ ਸਟੂਡੈਂਟਸ ਨੇ ਜਿਹੜੇ ਪੜਨ ਆਉਂਦੇ ਮਤਲਬ ਕਾਈਂਡ ਆਫ ਛਡੋ ਲੀਡਰਸ਼ਿਪ ਹੋਣੀ ਚਾਹੀਦੀ ਹੈ ਗੁੱਡ ਹੈਲਥੀ ਲੀਡਰਸ਼ਿਪ ਹੋਣੀ ਚਾਹੀਦੀ ਹੈ ਵਾਟ ਇਜ਼ ਯੋਰ ਟੇਕ ਔਨ 댓 ਕਿ ਤੁਸੀਂ ਬਹੁਤ ਕੱਬਸ ਬਹਾਰ ਰੱਖਦੇ ਹੋ ਮਤਲਬ ਫਿਲਮਾਂ ਦੇ ਵਿੱਚ ਇਨ ਜੈਨੂਇਨ ਮਤਲਬ ਤੁਹਾਡੇ ਹਿੱਸੇ ਹੀ ਆਇਆ ਸ਼ਾਇਦ ਕਿਉਂਕਿ ਯੂ ਆ ਹੀ ਮੈਨ ਆਫ ਪੰਜਾਬ ਥੈਂਕ ਯੂ ਥੈਂਕ ਯੂ ਸੋ ਬੇਸਿਕਲੀ ਤੁਹਾਡਾ ਕੀ ਟੇਕ ਹੈ ਕਿ ਇਦਾਂ ਦੀ ਹੋਣੀ ਚਾਹੀਦੀ ਕਿ ਕਿਰਪਾਨ ਚੱਕੀ ਚਲੋ ਦੇਖੋ ਬਹੁਤ ਸਾਰੀਆਂ ਚੀਜ਼ਾਂ ਨਾ ਸਾਡੇ ਇੰਡਸਟਰੀ ਦੇ ਨਾਂ ਲੱਗ ਜਾਂਦੀਆਂ ਨੇ ਕਿ ਹਰ ਜੇ ਸਿੱਧੂ ਮੂਸੇ ਵਾਲਾ ਗਾਣੇ ਗਾਉਂਦਾ ਸੀ ਤਾਂ ਯੂਥ ਵਿਗੜ ਗਿਆ ਜਦੋਂ ਕਿ ਉਹ ਚੀਜ਼ਾਂ ਉਹ ਗਾਉਂਦਾ ਸੀ ਜੋ ਸਮਾਜ ਚ ਵਿਚਰ ਰਿਹਾ ਹੈ ਸਿਨੇਮਾ ਸਮਾਜ ਤੋਂ ਚੱਕ ਕੇ ਹੀ ਬਣਦਾ ਜੇ ਮਿੰਟੂ ਗੁਰਸੋਰੀ ਅਸਲ ਚ ਹੋਇਆ ਤਾਂ ڈاکੂਆਂ ਦਾ ਮੁੰਡਾ ਫਿਲਮ ਬਣੀ ਜੇ ਕਿਸ਼ਨਾ ਮੋੜ ਜੂਣਾ ਮੋੜ ਉਰੀ ਹੋਏ ਤਾਂ ਮੋੜ ਫਿਲਮ ਬਣੀ ਜੇ ਗਾਂਧੀ ਹੋਇਆ ਤਾਂ ਗਾਂਧੀ ਫਿਲਮ ਬਣੀ ਇਹ ਸਿਨੇਮਾ ਸਮਾਜ ਤੋਂ ਹੀ ਨਿਕਲਦਾ ਬਟ ਉਹ ਚ ਅਸੀਂ ਕੋਸ਼ਿਸ਼ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਕਿ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਉਹਦੇ ਜ਼ਰੀਏ ਇੱਕ ਮੈਸੇਜ ਦਈਏ ਪਰ ਜਿਹੜਾ ਤੁਸੀਂ ਹੁਣ ਗੱਲ ਕੀਤੀ ਦੇਖੋ ਪੋਲਿਟਿਕਸ ਜਿਹੜੀ ਨਿਕਲਦੀ ਆ ਉਹ ਨਿਕਲਦੀ ਤਾਂ ਯੂਨੀਵਰਸਿਟੀ ਕਾਲਜਾਂ ਚ ਹੋਈਆਂ ਔਰ ਯੂਥ ਇੱਕ ਈਜ਼ੀ ਟਾਰਗੇਟ ਹੁੰਦਾ ਹਨਾ ਇੱਕ ਗਰਮ ਜੋਸ਼ੀ ਹੁੰਦੀ ਹੈ ਨਵਾਂ ਖੂਨ ਹੁੰਦਾ ਜੋਸ਼ ਹੁੰਦਾ ਪਤਾ ਹੁੰਦਾ ਜਿਹੜੇ ਸੀਨੀਅਰ ਬੈਠੇ ਹੁੰਦੇ ਨੇ ਵੀ ਅਸੀਂ ਤਾਂ ਕੰਮ ਨਹੀਂ ਕਰ ਸਕਦੇ ਯੂਥ ਨੂੰ ਵੱਡੇ ਵੱਡੇ ਖਾਬ ਦਿਖਾ ਕੇ ਵੱਡੀਆਂ ਵੱਡੀਆਂ ਕੁਰਸੀਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਜਿਵੇਂ ਮਰਜ਼ੀ ਯੂਜ਼ ਕਰ ਲਓ ਔਰ ਮੁੰਡੇ ਆ ਵੀ ਜਾਂਦੇ ਆ ਉਹਨਾਂ ਗੱਲਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਲੜਾਈਆਂ ਝਗੜਿਆਂ ਨਾਲ ਕਦੇ ਵੀ ਕੋਈ ਲੜਾਈ ਜਿੱਤੀ ਨਹੀਂ ਜਾਂਦੀ ਨਾ ਉਸ ਲੜਾਈ ਦੀ ਕਦੇ ਸੈਟੀਸਫੈਕਸ਼ਨ ਸਾਨੂੰ ਜਿੱਤ ਕੇ ਹ ਸਾਨੂੰ ਪਤਾ ਹੁੰਦਾ ਕਿ ਅਸੀਂ ਇਹ ਲੜਾਈ ਇਮਾਨਦਾਰੀ ਨਾਲ ਜਾਂ ਆਪਣੇ ਰਸੂਖ ਨਾਲ ਜਾਂ ਆਪਣੀ ਕਾਬਲੀਅਤ ਦੇ ਸਿਰ ਤੇ ਨਹੀਂ ਜਿੱਤੇ ਅਸੀਂ ਇਹ ਲੜਾਈ ੱੱਕੇ ਨਾਲ ਕਿਰਪਾਨਾਂ ਦੇ ਜ਼ੋਰ ਤੇ ਜਾਂ ਡਰਾ ਕੇ ਦੂਜੀ ਧਿਰ ਨੂੰ ਫੇਰ ਜਿੱਤੇ ਆ ਉਹਦੀ ਸੈਟੀਸਫੈਕਸ਼ਨ ਕਦੇ ਵੀ ਨਹੀਂ ਮਿਲਦੀ ਆਪਣੀ ਕਾਬਲੀਅਤ ਮੈਂ ਸਾਰੇ ਯੂਥ ਨੂੰ ਤੁਹਾਡੇ ਜ਼ਰੀਏ ਇਹੀ ਕਹੂੰਗਾ ਕਿ ਦੇਖੋ ਇਲੈਕਸ਼ਨ ਤੁਸੀਂ ਪੋਲਿਟਿਕਸ ਦੇ ਵਿੱਚ ਜਾਣਾ ਜਾਓ ਔਰ ਬਹੁਤ ਵਧੀਆ ਗੱਲ ਹੈ ਜੇ ਨੌਜਵਾਨ ਪੋਲਿਟਿਕਸ ਦੇ ਵਿੱਚ ਆਉਣਗੇ ਮੈਨੂੰ ਲੱਗਦਾ ਸਾਡੇ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਸਾਡੇ ਹਾਲਾਤ ਸੁਧਰਨਗੇ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਅਸੀਂ ਤੇ ਜ਼ਰੂਰ ਆਉਣਾ ਚਾਹੀਦਾ ਪਰ ਲੜਾਈ ਝਗੜਿਆਂ ਨਾਲ ਕਦੇ ਵੀ ਨਾ ਉਹ ਇੱਕ ਦੂਜੇ ਨੂੰ ਆਪਣੀ ਕਾਬਲੀਅਤ ਦੇ ਨਾਲ ਤੁਸੀਂ ਜਿੱਤੋ ਸੋ ਜਿੱਤ ਦਾ ਆਨੰਦ ਹੀ ਅਲੱਗ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਭਾਈ ਜੀ ਦੇਵੀਰੇ ਸਤਿ ਸ਼੍ਰੀ ਅਕਾਲ ਬੰਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਦੇਵ ਤੁਸੀਂ ਐਕਸ਼ਨ ਸਿਨੇਮਾ ਬਹੁਤ ਸੋਹਣਾ ਕੀਤਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਜਦੋਂ ਕਾਮੇਡੀ ਕੀਤੀ ਬਹੁਤ ਸੋਹਣੀ ਕੀਤੀ ਉਹ ਅੱਜ ਵੀ ਲੋਕ ਦੇਖਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਐਕਸ਼ਨ ਮੂਵੀਜ਼ ਹੀ ਆਉਣਗੀਆਂ ਕਿ ਕੋਈ ਦੇਵਨੂ ਅਸੀਂ ਕੋਈ ਸਿੱਧਰੇ ਜਿਹੇ ਕੈਰੈਕਟਰ ਦੇ ਵਿੱਚ ਕੋਈ ਭੋਲੇ ਭਾਲੇ ਕੈਰੈਕਟਰ ਵਿੱਚ ਜਿਹਦੇ ਵਿੱਚ ਦੇਵ ਕੁੜਤਾ ਨਾ ਹੋਵੇ ਆਪ ਛਤਰਖੰਡਾ ਹੋਵੇ ਲੱਗਦਾ ਮੈਂ ਆਪ ਛਤਰਖੰਡ ਵਾਲੀ ਕੋਈ ਫਿਲਮ ਕੀਤੀ ਆ ਪਿੱਛੇ ਜੇ ਮੈਂ ਬਈਆ ਕੋਈ ਕਿਉਂਕਿ ਕਿਉਂਕਿ ਐਕਸ਼ਨ ਕਰਦੇ ਕਰਦੇ ਨਾ ਤੁਹਾਡੇ ਚਿਹਰੇ ਦੇ ਐਕਸ਼ਨ ਵਾਲਾ ਉਹ ਹੀਰੋ ਆ ਗਿਆ ਉੱਚਾਦਰ ਬਾਬੇ ਨਾਨਕ ਦਾ ਕੀਤੀ ਸੀ ਲੋਕ ਨਹੀਂ ਗਏ ਦੇਖਣ ਪਰ ਮੈਂ ਸਿਰਫ ਟਾਈਟਲ ਸੁਣ ਕੇ ਹਾਂ ਕਰਤੀ ਸੀ ਫਿਲਮ ਨੂੰ ਕਿ ਮੈਂ ਫਿਲਮ ਕਰਨੀ ਆ ਯਾਰ ਮੈਂ ਵੀ ਚਾਹਨਾ ਕਿ ਮੈਂ ਵਿੱਚੋਂ ਬ੍ਰੇਕ ਦਵਾਂ ਆਡੀਅנס ਨੂੰ ਮੈਂ ਬਾਈ ਜੀ ਕੁੱਟਣਗੇ ਵੀ ਕਰਦਾ ਕਿ ਯਾਰ ਇੱਕ ਕਾਮੇਡੀ ਟਾਈਪ ਫਿਲਮ ਲੋਕਾਂ ਨੂੰ ਮੈਂ ਐਂਟਰਟੇਨ ਕਰ ਸਕਾਂ ਹਨ ਉਹ ਫਿਲਮ ਦੇ ਵਿੱਚ ਵੀ ਕੋਈ ਕਿਸੇ ਨੇ ਖਾਸ ਐਪਰੀਸ਼ੀਏਟ ਨਹੀਂ ਕੀਤਾ ਮੇਰੇ ਡਾਇਰੈਕਟਰ ਤੋਂ ਬਿਨਾਂ ਕਿ ਦੇਵ ਤੂੰ ਬਹੁਤ ਸੋਹਣਾ ਕੰਮ ਕੀਤਾ ਜਸਮੀਤ ਬਾਈ ਤੋਂ ਬਿਨਾਂ ਤੇ ਫਿਰ ਹੁਣ ਉੱਚਾਦਰ ਬਾਬੇ ਨਾਨਕ ਦਾ ਕੀਤੀ ਐਡਾ ਸੋਹਣਾ ਗੁਰਬਾਣੀ ਦਾ ਉਪਦੇਸ਼ ਇੱਕ ਵੀ ਚੱਕਵਾ Song ਨਹੀਂ ਸੀਗਾ ਸਾਰੇ ਸ਼ਬਦ ਜਿੰਨੇ ਰਿਲੀਜ਼ ਕੀਤੇ ਅਮਰਿੰਦਰ ਬਾਈ ਦੀ ਆਵਾਜ਼ ਚ ਹਨਾ ਆਪਣਾ ਕਮਲ ਖਾਨ ਦੀ ਆਵਾਜ਼ ਚ ਰੋਹਾਨੀ ਸੰਗੀਤ ਹੁਣ ਦੇਖੋ ਅਸੀਂ ਤਾਂ ਮੈਂ ਤਾਂ ਕੋਸ਼ਿਸ਼ ਕਰ ਰਹੇ ਆ ਬਾਈ ਜੀ ਹੁਣ ਫੇਰ ਇੱਕ ਸਬਜੈਕਟ ਮੈਂ ਕਿਸੇ ਦਾ ਰੀਅਲ ਸਟੋਰੀ ਸਾਡੇ ਐਨੇ ਹਿਡਨ ਹੀਰੋਜ਼ ਹੈਗੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਉਹ ਫਿਲਮ ਇੱਕ ਬੰਦੇ ਦੀ ਮਹਾਲੇ ਨਹੀਂ ਮੈਂ ਦੱਸਣਾ ਚਾਹੁੰਦਾ ਅਨਾਉਂਸ ਕਰੂੰਗਾ ਉਹ ਚ ਐਕਸ਼ਨ ਨਹੀਂ ਹੈ ਉਹ ਸਾਡੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਊਗੀ ਕਿ ਸਾਡੇ ਪੰਜਾਬੀਆਂ ਨੇ ਕਿਹੜੇ ਕਿਹੜੇ ਹਾਲਾਤਾਂ ਜਾ ਕੇ ਕਿੱਥੇ ਕਿੱਥੇ ਮੋਰਚੇ ਫਤੇ ਕੀਤੇ ਨੇ ਉਹ ਅਰਲੀ ਹੋ ਜੂਗਾ ਜੇ ਮੈਂ ਹੁਣ ਉਹਦੇ ਬਾਰੇ ਗੱਲ ਕਰੂੰਗਾ ਸੋ ਉਹ ਕਹਾਣੀ ਮੈਂ ਮੇਰੇ ਦਿਲ ਦੀ ਇੱਛਾ ਹੈ ਔਰ ਮੈਂ 100% ਉਹ ਕਹਾਣੀ ਲੈ ਕੇ ਆਉਂਗਾ ਮੈਂ ਸਿਰਫ ਇਹ ਨਹੀਂ ਸੋਚਦਾ ਭਾਜੀ ਕਿ ਐਕਸ਼ਨ ਹੀ ਕਰਨਾ ਬੰਦੇ ਹੀ ਵੱਢਣੇ ਆ ਜਾਂ ਕਰਨੇ ਆ ਮੈਂ ਕਹਾਣੀਆਂ ਨਾਲ ਜੁੜਦਾ ਦੇਖੋ ਤੁਸੀਂ ਆਲਵੇਜ਼ ਸਨੀ ਦਿਓਲ ਨੂੰ ਪਸੰਦ ਕੀਤਾ ਨਲਕਾ ਪਟਦਾ ਤਾੜੀਆਂ ਮਾਰਦੇ ਹੋ 2.5 ਕਿਲੋ ਦੇ ਹੱਥ ਦਾ ਡਾਇਲੌਗ ਬੋਲਦਾ ਫਿਲਮ ਸੁਪਰ ਡੂਪਰ ਹਿੱਟ ਹੋ ਜਾਂਦੀ ਹੈ ਸੋ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਤਾਂ ਹੈਗੀ ਕਿ ਸਾਡਾ ਹਰ ਇੱਕ ਗੱਲ ਕਹਿਣ ਦਾ ਤੇ ਹਰ ਇੱਕ ਲੜਾਈ ਲੜਨ ਦਾ ਤਰੀਕਾ ਲੱਗਿਆ ਅਸੀਂ ਉਹ ਲੋਕ ਨਹੀਂ ਸੀਗੇ ਕਿ ਜਿਹੜੇ ਆ ਗੱਲ ਤੇ ਥੱਪੜ ਮਾਰੋ ਤੇ ਆ ਗੱਲ ਅੱਗੇ ਕਰ ਦੋ ਉਹ ਲੋਕ ਨਹੀਂ ਸੀਗੇ ਅਸੀਂ ਲੜਾਈ ਆਪਣੇ ਤਰੀਕੇ ਨਾਲ ਲੜੀ ਸਾਡੀਆਂ 80% ਕੁਰਬਾਨੀਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਡੇ ਗੁਰੂਆਂ ਨੇ ਉਪਦੇਸ਼ ਹੀ ਸਾਨੂੰ ਇਹ ਦਿੱਤਾ ਕਿ ਇੱਕ ਤਾਂ ਜਾਤ ਪਾਤ ਨਹੀਂ ਹੋਣੀ ਚਾਹੀਦੀ ਦੂਜਾ ਜੇ ਤੁਹਾਨੂੰ ਕੋਈ ਬੰਦਾ ਦਬੋਂਦਾ ਤਾਂ ਤੁਸੀਂ ਆਪਣੇ ਤਰੀਕੇ ਨਾਲ ਉਹਦਾ ਜਵਾਬ ਦੇ ਸਕਦੇ ਹੋ ਔਰ ਅਸੀਂ ਗਰਮ ਜੋਸ਼ੀ ਦੇ ਵਿੱਚ ਸਰਹੱਦਾਂ ਤੇ ਗੱਲ ਕਰ ਲੋ ਸਭ ਤੋਂ ਅੱਗੇ ਅਸੀਂ ਹ ਕਿਤੇ ਲੋੜ ਪੈਂਦੀ ਆ ਅਸੀਂ ਪਹਿਲੇ ਹੋਵਾਂਗੇ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਦਿੱਲੀ ਦੀ ਹਿੱਕ ਤੇ ਜਾ ਕੇ ਬਹਿ ਗਏ ਤੇ ਉੱਥੋਂ ਲੈ ਆਇਆ ਆਪਣਾ ਹੱਕ ਸੋ ਇਸ ਕਰਕੇ ਸਾਡੀਆਂ ਲੜਾਈਆਂ ਲੱਗਣੇ ਸਾਡੇ ਹੀਰੋ ਲੱਗਣੇ ਐਕਸ਼ਨ ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਚੰਗਾ ਲੱਗਦਾ ਹੈ ਸੋ ਇਸੇ ਕਰਕੇ ਸ਼ਾਇਦ ਮੈਨੂੰ ਜੇ ਆਡੀਅנס ਨੇ ਮੈਨੂੰ ਚਾਇਆ ਤਾਂ ਮੈਂ ਐਕਸ਼ਨ ਕਰ ਰਿਹਾ ਐ ਐਕਸ਼ਨ ਵਾਈ ਜੀ ਮੇਰੇ ਨਾਲ ਜੁੜਿਆ ਰਹੂਗਾ ਮੈਂ ਕਰਦਾ ਰਹੂਗਾ ਪਰ ਇਹ ਵਾਦਾ ਤੁਹਾਡੇ ਨਾਲ ਜ਼ਰੂਰ ਕਰਦਾ ਕਿ ਬਿਨਾ ਪੈਰ ਦੀਆਂ ਬੇਤੁਕੀਆਂ ਫਿਲਮਾਂ ਤੋਂ ਗਰੇਜ ਕਰੂੰਗਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਨੂੰ ਲੱਗਦਾ ਮੇਰੀ ਬਾਕੀ ਵੀ ਸਟਾਰ ਕਾਸਟ ਬੈਠੀ ਹੈ ਭਾਜੀ ਇਹਨਾਂ ਨਾਲ ਕਰ ਲਈ ਸੰਗਤ ਜੀ ਮੇਰਾ 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 ਆਖਰੀ ਸਵਾਲ ਹੈ ਜੀ ਹਾਂ ਜੀ ਭਾਜੀ ਜਿਸ ਤਰ੍ਹਾਂ ਗਾਂਧੀ ਨੂੰ ਤੁਸੀਂ ਬਹੁਤ ਸામਨੇ ਲੈ ਕੇ ਆਏ ਹਨ ਉਹਦੇ ਕਿਰਦਾਰ ਨੂੰ ਬਹੁਤ ਲੋਕਾਂ ਨੇ ਪਸੰਦ ਵੀ ਕੀਤਾ ਪੰਜਾਬ ਦੇ ਹੋਰ ਬਹੁਤ ਸਾਰੇ ਗੱਬਰੂ ਨੇ ਜਿਨ੍ਹਾਂ ਦੇ ਕਹਾਣੀਆਂ ਬਣਨੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਠੀਕ ਹੈ ਨਾ ਬਣੀਆਂ ਵੀ ਨੇ ਪਹਿਲਾਂ ਬਣੀਆਂ ਵੀ ਨੇ ਡਾਕੂਆਂ ਦੇ ਮੁੰਡੇ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ ਹਰਜੀਤਾ ਵੀ ਬਣੀ ਹੈ ਹਰਜੀਤਾ ਵੀ ਬਣੀ ਹੈ ਮਿੱਡੂ ਖੇੜੇ ਵਰਗੇ ਵੀ ਹਜੇ ਪੈਂਡਿੰਗ ਪਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਸਰਚਿੰਗ ਤੁਹਾਡੀ ਚੱਲ ਰਹੀ ਹੈ ਜਿਸ ਤਰ੍ਹਾਂ ਗਾਂਧੀ ਦਾ ਕੈਰੈਕਟਰ ਸਟੈਬਲਿਸ਼ ਕੀਤਾ ਵੀ ਹੋਰ ਵੀ ਪੰਜਾਬ ਦੇ ਉਹਨਾਂ ਲੋਕਾਂ ਨੂੰ ਅਸੀਂ ਨੌਜਵਾਨਾਂ ਨੂੰ ਸਟੈਬਲਿਸ਼ ਕਰੀਏ ਜਿਨ੍ਹਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਉਹ ਜਿਹੜੇ ਲੋਕਾਂ ਨੂੰ ਪਤਾ ਨਹੀਂ ਲੋਕ ਉਹਨਾਂ ਨੂੰ ਗੈਂਗਸਟਰ ਹੀ ਸਮਝੀ ਜਾਂਦੇ ਨੇ ਵੀ ਇਹ ਮਾੜੇ ਅਨਸਰ ਸੀ ਬਟ ਉਹ ਮਾੜੇ ਹੈ ਨਹੀਂ ਸੀ ਉਹ ਚੰਗੇ ਸੀ ਉਹ ਦੇਖੋ ਕਈ ਵਾਰ ਚੀਜ਼ਾਂ ਨੂੰ ਨਾ ਸਿਸਟਮ ਬਣਾ ਦਿੰਦਾ ਹਰ ਬੰਦਾ ਗਲਤ ਨਹੀਂ ਹੁੰਦਾ ਪਰ ਕਈ ਕਈ ਸ਼ੌਕ ਲਈ ਵੀ ਬਣਦੇ ਨੇ ਕਿ ਨਾਮ ਕਰੀਏ ਚਰਚਾ ਹੋਵੇ ਕਈਆਂ ਨੂੰ ਕਈ ਸਿਸਟਮ ਦੀ ਭੇਡ ਚੜ ਕੇ ਬਣ ਜਾਂਦੇ ਨੇ ਮੈਂ ਜਦੋਂ ਗਾਂਧੀ ਕੀਤੀ ਸੀ ਤਾਂ ਬਾਈ ਜੀ ਮੈਨੂੰ ਬਹੁਤ ਸਾਰੀਆਂ ਆਫਰ ਆਏ ਫਲਾਣੇ ਤੇ ਫਿਲਮ ਬਣਾਉਣੀ ਆ ਫਲਾਣੇ ਤੇ ਫਿਲਮ ਬਣਾਉਣੀ ਆ ਮੈਂ ਨਾਮ ਨਹੀਂ ਹੁਣ ਦੱਸ ਸਕਦਾ ਤਾਂ ਮੇਰਾ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੋਏ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ ਜਦੋਂ ਕਿ ਉਹ ਫਿਲਮਾਂ ਚੱਲਣੀਆਂ ਸੀ ਤੇ ਮੇਰਾ ਨਾਮ ਵੱਡਾ ਹੋਣਾ ਸੀਗਾ ਤਾਂ ਮੈਂ ਡਾਕੂਆਂ ਦੇ ਮੁੰਡੇ ਵਰਗਾ ਸਬਜੈਕਟ ਚੁਣਿਆ ਤੇ ਮੈਨੂੰ ਹਾਰਡ ਕੋਰ ਜਿਹੜੇ ਗੈਂਗਸਟਰ ਰਹੇ ਨੇ ਉਹਨਾਂ ਦੇ ਉੱਤੇ ਫਿਲਮਾਂ ਬਣਾਉਣ ਲਈ ਫੰਡ ਵੀ ਤਿਆਰ ਕਰਕੇ ਬੈਠੇ ਸੀ ਲੋਕ ਫਿਲਮਾਂ ਬਣਾਉਣ ਨੂੰ ਵੀ ਰੈਡੀ ਸੀ ਬਟ ਮੈਨੂੰ ਇਹ ਸੀ ਮੈਂ ਕਿਸੇ ਨੂੰ ਗਲੋਰੀਫਾਈ ਨਹੀਂ ਕਰਨਾ ਸੋ ਮੈਂ ਆਪਣਾ ਫਰਜ਼ ਸਮਝਦੇ ਹੋਏ ਉਹ ਬਹੁਤ ਵੱਡਾ ਕੰਮ ਸੀਗਾ ਉਹ ਵੀ ਕੀਤਾ ਸੋ ਲੋਕ ਪਿੱਛੇ ਵੀ ਪਏ ਫਿਰ ਕਿਵੇਂ ਉਹਨਾਂ ਚੋਂ ਨਿਕਲੇ ਉਹ ਸਾਨੂੰ ਹੀ ਪਤਾ ਤੇ ਬਟ ਮੇਰਾ ਇਹੀ ਰਿਹਾ ਕਿ ਮੈਂ ਹਮੇਸ਼ਾ ਉਹੀ ਸਿਨੇਮਾ ਕਰਾਂ ਜਿਹੜਾ ਸਿਨੇਮਾ ਲੋਕਾਂ ਨੂੰ ਸੇਧ ਦਵੇ ਗਲਤ ਮੇਰੇ ਖਿਆਲ ਚ ਮੈਸੇਜ ਨਾ ਦੇਵੇ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਕਹਾਣੀ ਉਹ ਡਾਕੂਆਂ ਦੇ ਮੁੰਡੇ ਵਰਗੀ ਹੋਈ ਹੈ ਗਾਂਧੀ ਵਰਗੀ ਹੋਈ ਹੈ ਜਿਆਦਾ ਅਸੀਂ ਜੇ ਇਹਨਾਂ ਚੀਜ਼ਾਂ ਦੇ ਵਿੱਚ ਪੈ ਗਏ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਗਲਤ ਚੀਜ਼ ਨਾ ਕਰ ਬੈਠੀਏ ਚੀਜ਼ ਦਾ ਵੀ ਡਰ ਲੱਗਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪੱਤਰਕਾਰ ਮਨਪ੍ਰੀਤ ਤੌਲਕ ਦੇ ਭਾਈ ਤੁਸੀਂ ਬਹੁਤ ਸਾਰੇ ਕਿਰਦਾਰ ਨਿਭਾਏ ਫਿਲਮਾਂ 'ਚ ਕੁਝ ਰੀਅਲ ਕਿਰਦਾਰ ਸੀ ਉਹਨਾਂ ਦੇ ਉੱਤੇ ਵੀ ਕੰਮ ਕੀਤਾ ਕੁਝ ਫਿਕਸ਼ਨ ਵੀ ਰਹਿ ਮੈਂ ਤੁਹਾਡੇ ਦੋ ਕਿਰਦਾਰਾਂ ਨੂੰ ਜੁੜੂੰਗਾ ਇੱਕ ਗਾਂਧੀ ਤੇ ਇੱਕ ਕ੍ਰਿਸ਼ਨਾ ਮੋੜ ਦੋਵਾਂ ਨੇ ਸਮੇਂ-ਸਮੇਂ ਤੇ ਹਥਿਆਰ ਚੱਕੇ ਆ ਤੁਸੀਂ ਉਸ ਚੀਜ਼ ਨੂੰ ਨੋਟ ਕੀਤਾ ਵੀ ਦੋਵਾਂ ਦੇ ਹੱਥਾਂ ਦੇ ਵਿੱਚ ਹਥਿਆਰ ਕਿਉਂ ਆਏ ਤੇ ਇਹਨਾਂ ਦਾ ਸਿੱਟਾ ਕੀ ਨਿਕਲਿਆ ਤੁਸੀਂ ਇਸ ਨਤੀਜੇ ਤੇ ਪਹੁੰਚੇ ਤੇ ਦੋਵਾਂ ਦੇ ਵਿਚਾਲੇ ਜੋ ਇੱਕ ਸਿਮਿਲਰ ਗੱਲ ਹੈ ਉਹ ਤੁਸੀਂ ਫੀਲ ਕੀਤੀ ਵੀ ਉਹ ਵੀ ਹਥਿਆਰ ਚੱਕਦੇ ਆ ਕਿਸ ਸੁਸਾਇਟੀ ਵਾਲੇ ਵਾਲੇ ਉਦੋਂ ਦੀ ਸੀ ਤੇ ਗਾਂਧੀ ਵੀ ਉਹ ਚੀਜ਼ਾਂ ਤੁਸੀਂ ਕਿਵੇਂ ਅਬਜ਼ਰਵ ਕੀਤੀਆਂ ਭਾਜੀ ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕਦੇ ਇਨਸਾਫ਼ ਕੀਤਾ ਤਾਂ ਲੋਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ ਅੱਜ ਉਸ ਕੁੜੀ ਦਾ ਰੇਪ ਹੋਇਆ ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ ਔਰ ਪਤਾ ਵੀ ਹੈ ਕਿ ਆਹ ਬੰਦਿਆਂ ਨੇ ਕੀਤਾ ਕਿੰਨਾ ਬਰੂਟਲ ਰੇਪ ਹੋਇਆ ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ ਅਸੀਂ ਪਾੜ ਦਾਂਗੇ ਸਾਡੇ ਹਰ ਇੱਕ ਦੇ ਵਿੱਚ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਦੇ ਵੱਲ ਤੁਸੀਂ ਜੇ ਕਿਸ਼ਨੇ ਮੋੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨਾ ਮੋੜ ਵੀ ਸਿਸਟਮ ਦਾ ਸਤਾਇਆ ਹੋਇਆ ਜ਼ਬਰਦਸਤੀ ਫਸਾਇਆ ਹੋਇਆ ਚੱਕ ਕੇ ਟਰਚਰ ਹੁੰਦਾ ਉਹਨਾਂ ਲੋਕਾਂ ਦੇ ਜੁਰਮ ਹੁੰਦਾ ਤਾਂ ਚੀਜ਼ਾਂ ਹੁੰਦੀਆਂ ਸਾਡੇ ਕਈ ਨੌਜਵਾਨ ਇਸ ਚੀਜ਼ ਦੀ ਭੇਟ ਚੜੇ ਨੇ ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕਹਾਣੀਆਂ ਦਿੰਨਾ ਮੈਂ ਕਿਹਾ ਕੀ ਕੀ ਕਹਾਣੀਆਂ ਦੋਗੇ ਤੁਸੀਂ ਮੈਨੂੰ ਕਹਿੰਦੇ ਮੈਂ ਇਹੋ ਜੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ ਉਹ ਭੁਗਤ ਰਹੇ ਨੇ ਲੋਕਾਂ ਦੇ ਫਸਾਏ ਹੋਏ ਨੇ ਫਿਰ ਇਹੋ ਜਿਹੇ ਲੋਕ ਬਾਈ ਜੀ ਕੀ ਕਰਨ ਬੰਦਾ ਆ ਕੇ ਜਾਂਦਾ ਕਈ ਵਾਰ ਉਹਨੂੰ ਮਜਬੂਰ ਉਹਨੂੰ ਉਹਨੂੰ ਕੋਈ ਰਾਹ ਨਹੀਂ ਲੱਭਦਾ ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ ਜੋ ਮੇਰੇ ਨਾਲ ਬੀਤ ਰਹੀ ਹੈ ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ ਸੋ ਇਹ ਇਹ ਅੱਜ ਨਹੀਂ ਹੋ ਰਿਹਾ ਇਹ ਸਮੇਂ-ਸਮੇਂ ਤੋਂ ਹੁੰਦਾ ਆ ਰਿਹਾ ਸਾਡੇ ਬਾਗੀ ਸਰਦਾਰ ਸੂਰਮੇ ਜਿਵੇਂ ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ੱੱਕਾ ਕਰਦੇ ਸੀਗੇ ਜ਼ੁਲਮ ਕਰਦੇ ਸੀਗੇ ਤਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ ਖੜਦੇ ਸੀ ਬਾਈ ਜੀ ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈਏ ਤਾਂ ਰੀਤ ਇਹ ਅੱਜ ਦੀ ਤਾਂ ਹੈ ਨਹੀਂ ਜੀ ਸাশਿਕਾਲ ਸਰ ਮੇਰਾ ਸਵਾਲ ਸੀ ਕਿ ਗਾਂਧੀ 3 ਦੇ ਟ੍ਰੇਲਰ ਚ ਅਸੀਂ ਦੇਖਦੇ ਆ ਨਾ ਕਿ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਸ਼ਰੀਫ ਮੰਨਦੀ ਐ ਕਹਿੰਦੀ ਕੁਝ ਵੀ ਕੀਤਾ ਹੋਵੇ ਕੀਤਾ ਤਾਂ ਚੰਗੇ ਲਈ ਹੋਣਾ ਤਾਂ ਦੇਵ ਦੇ ਮਾਤਾ ਜੀ ਕਿਵੇਂ ਮੰਨਦੇ ਆ ਉਹਨਾਂ ਨੂੰ ਸ਼ਰੀਫ ਹਾਂ ਜੀ ਮੇਰੀ ਮਾਤਾ ਨੂੰ ਤਾਂ ਮੈਂ ਬਦਮਾਸ਼ ਲੱਗਦਾ ਨਹੀਂ ਹੈਗਾ ਨਾਮਪਾ ਕਰਦੇ ਆ ਪੁੱਤ ਦੇਖੋ ਮਾਂ ਲਈ ਹਮੇਸ਼ਾ ਕਪੁੱਤ ਨਹੀਂ ਹੋ ਸਕਦਾ ਕਦੇ ਮਾਂ ਲਈ ਉਹਦਾ ਪੁੱਤ ਪੁੱਤ ਹੀ ਹੁੰਦਾ ਆਲਵੇਜ਼ ਕਿਉਂਕਿ ਮਾਂ ਰੂਹ ਨਾਲ ਉਹਦੇ ਨਾਲ ਜੁੜੀ ਹੁੰਦੀ ਆ ਮਾਂ ਨੇ 9 ਮਹੀਨੇ ਅੰਦਰ ਰੱਖਿਆ ਹੁੰਦਾ ਪੈਦਾ ਕੀਤਾ ਹੁੰਦਾ ਸੋ ਮਾਂ ਨੂੰ ਕਦੇ ਵੀ ਆਪਣਾ ਪੁੱਤ ਚਾਹੇ ਦੁਨੀਆ ਦੀ ਨਜ਼ਰ ਚ ਜਿੰਨਾ ਮਰਜੀ ਗਲਤ ਹੋਵੇ ਮਾਂ ਦੀ ਨਜ਼ਰ ਚ ਆਲਵੇਜ਼ ਆਪਣਾ ਪੁੱਤ ਸਹੀ ਰਹਿੰਦਾ ਸੋ ਉਦਾਂ ਦੀ ਕਰਤਾਰ ਗਾਂਧੀ ਵਾਲਾ ਜੀ ਤੇ ਮੈਨੂੰ ਲੱਗਦਾ ਮਾਵਾਂ ਨੂੰ ਹਮੇਸ਼ਾ ਪੁੱਤ ਪਿਆਰੇ ਹੀ ਹੁੰਦੇ ਆ ਅ ਅਦਿਤੀ ਤੁਹਾਨੂੰ ਸਵਾਲ ਹੈ ਮੇਰਾ ਜੀ ਮਾਈਕ ਦੇ ਦਿਓ ਦੇਵਜੀਤ ਅਦਿਤੀ ਜੀ ਨੂੰ ਇੱਧਰ ਆ ਜੀ ਸਾਹਮਣੇ ਤੁਹਾਡੇ ਸਾਹਮਣੇ ਬਿਲਕੁਲ ਜੀ ਅ ਅਦਿਤੀ ਐਕਸ਼ਨ ਮੂਵੀ ਹੈ ਤੇ ਦੀਪਖਰੋੜ ਤੁਹਾਡੇ ਆਪੋਜੀਟ ਹੈ ਰੋਮਾਂਟਿਕ ਮਾਮਲਿਆਂ ਵਿੱਚ ਹੱਥ ਇਹਨਾਂ ਦਾ ਟਾਈਟੀ ਹੈ ਕਿਉਂਕਿ ਜਦੋਂ ਰੋਮਾਂਟਿਕ ਸੀਨ ਚਾਹੁੰਦੇ ਨੇ ਉਦੋਂ ਵੀ ਇਦਾਂ ਹੀ ਲੱਗਦਾ ਜਿਵੇਂ ਐਕਸ਼ਨ ਕਰ ਰਹੇ ਹੁੰਦੇ ਨੇ ਐਕਚੁਅਲੀ ਸਹੀ ਗੱਲ ਹੈ ਪਰ ਤੁਹਾਡਾ ਤੁਹਾਡਾ ਅਨੁਭਵ ਕਿਦਾਂ ਦਾ ਰਿਹਾ ਕਿਉਂਕਿ ਐਸੇ ਪ੍ਰੇਮੀ ਜਦੋਂ ਸਾਹਮਣੇ ਹੁੰਦਾ ਕੈਰੇਕਟਰ ਔਰ ਉਹ ਵੀ ਦੇਵ ਵਰਗਾ ਹੋਵੇ ਤੇ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਐਕਚੁਅਲੀ ਸਰ ਨੇ ਬਹੁਤ ਸਾਰੀਆਂ ਬਾਖਮਾਲ ਫਿਲਮਾਂ ਕੀਤੀਆਂ ਤੇ ਜਦ ਮੈਂ ਲਾਸਟ ਸਰ ਦਾ ਇੱਕ ਗਾਣਾ ਦੇਖਿਆ ਸੀ ਯੱਟ ਦਿਸਦਾ ਤੇ ਉਹ ਇੱਕ ਨਾ ਸਰ ਨੇ ਲੁੱਕ ਦਿੱਤੀ ਸੀ ਕਿ ਅੱਖਾਂ ਨਾਲ ਤੇ ਮੈਨੂੰ ਸੀਗਾ ਕਿ ਉਹ ਸ਼ਿਟ ਵਾਹ ਮੈਂ ਕੰਮ ਕਰਨਾ ਇਹਨਾਂ ਨਾਲ ਤੋਂ ਕਟੂ ਉਹ ਤੋਂ ਬਾਅਦ ਮੈਨੂੰ ਮਨਦੀਪ ਸਰ ਨੇ ਅਪਰੋਚ ਕੀਤਾ ਇਸ ਫਿਲਮ ਲਈ ਤੇ ਮੈਂ ਪਹਿਲੇ ਦਿਨ ਹੀ ਬਿਨਾ ਕੁਝ ਸਕ੍ਰਿਪਟ ਪੜੇ ਆ ਕੁਝ ਕਹੇ ਸੁਣੇ ਮੈਂ ਕਿਹਾ ਮੈਂ ਸਰ ਇਹ ਫਿਲਮ ਕਰਨੀ ਆ ਤੇ ਤੁਸੀਂ ਦੱਸੋ ਕਿਦਾਂ ਕਰਾਓਗੇ ਕਿੰਨੀ ਮਿਹਨਤ ਕਰੋਗੇ ਤੇ ਹਾਂਜੀ ਬਿਲਕੁਲ ਬਹੁਤ ਵਧੀਆ ਲੱਗਦਾ ਇਨੇ ਬਾਕਮਾਲ ਆਰਟਿਸਟ ਨਾਲ ਕੰਮ ਕਰਕੇ ਤੇ ਹੋਰ ਵੀ ਸਾਰੇ ਬਹੁਤ ਟੈਲੈਂਟਡ ਨੇ ਇਨਾ ਕੁਝ ਸਿੱਖਣ ਨੂੰ ਮਿਲਿਆ ਏ देयर इज एन ਓਪਨ ਯੂਨੀਵਰਸਿਟੀ ਫॉर ਮੀ ਕਿਉਂਕਿ ਮੈਂ ਹਲੇ ਨਮੀ ਨਮੀ ਆ ਬਹੁਤੀਆਂ ਮੈਂ ਫਿਲਮਾਂ ਨਹੀਂ ਕੀਤੀਆਂ ਤੇ ਇਨਾ ਐਕਸਪੀਰੀਅੰਸ ਨਹੀਂ ਹੈਗਾ ਬਟ ਜਿੱਦਾਂ ਆਪਣੇ ਰੋਲ ਨੂੰ ਕਿਦਾਂ ਕੈਰੀ ਕਰਨਾ ਕੀ ਕੀ ਚੀਜ਼ਾਂ ਸਿੱਖਣੀ ਆ ਕਿਦਾਂ ਪ੍ਰੈਜ਼ੈਂਸ ਸਕਰੀਨ ਤੇ ਰੱਖਣੀ ਉਹ ਮੈਂ ਸਿੱਖਿਆ ਤੇ ਬਹੁਤ ਵੱਡੀ ਗੱਲ ਆ ਮੇਰੇ ਲਈ ਦੇਵ ਨੇ ਕਿਹਾ ਹੁਣ ਪੱਕਾ ਓਏ ਪਿਆਰਪੂਰ ਕਰਨਾ ਸਾਡੇ ਬਸ ਦਾ ਰੋਗ ਹੈ ਨਹੀਂ ਐਂ ਕਿਹਾ ਬਾਈ ਜੀ ਜਿਵੇਂ ਐਂ ਕਿਹਾ ਹਾਂ ਐਂ ਕਿਹਾ ਔਰ ਜੋ ਗਾਂਧੀ ਦੇ ਕੈਰੈਕਟਰ ਦੀ ਇੱਕ ਪਛਾਣ ਬਣੀ ਹੋਈ ਹੈ ਉਹਨੇ ਉਹੀ ਪਛਾਣ ਆਪਣੀ ਅੱਗੇ ਲੈ ਕੇ ਚੱਲਿਆ ਇਹਦੇ ਵਿੱਚ ਵੀ ਕੁੜੀ ਦੇ ਦਿਲ 'ਚ ਜੋ ਕੁਛ ਮਰਜੀ ਹੋਵੇ ਗਾਂਧੀ ਲਈ ਪਰ ਗਾਂਧੀ ਦੇ ਦਿਲ 'ਚ ਕੁਛ ਨਹੀਂ ਸੀ ਉਹ ਤਾਂ ਇਹਨੂੰ ਸਮਝਾਖੀ ਜਾਂਦਾ ਫਿਲਮ ਦੇਖੋਗੇ ਮੈਂ ਇੱਕ ਗੱਲ ਨਾਲ ਇਸ ਫਿਲਮ ਬਾਰੇ ਜਿਹੜੀ ਦੀ ਖੂਬਸੂਰਤ ਹੈ ਮਨੀਸ਼ ਪਾ ਜੀ ਨੇ ਕਹੀ ਆ ਉਹ ਗੱਲ ਕਿ ਇਹ ਜਿਹੜੀ ਜਦੋਂ ਗਾਂਧੀ ਪਹਿਲੀ ਆਈ ਇਹਨੇ ਟ੍ਰੈਂਡ ਸੈੱਟ ਕੀਤਾ ਇੱਕ ਇਨੇ ਜਿਵੇਂ ਮੇਰੇ ਅਰਗੇ ਬੰਦੇ ਜਗਜੀਤ ਸੰਧੂ ਅਸੀਂ ਸਾਰੇ ਧੀਰਜ ਕੁਮਾਰ ਹੋ ਗਿਆ ਲੱਕੀ ਧਾਲੀਆ ਨਵਦੀਪ ਕਲੇਰ ਸੋ ਲਗਾਤਾਰ ਹੁਣ ਇਹਨੇ ਵੀ ਲੀਡ ਦੇ ਵਿੱਚ ਫਿਲਮ ਕੀਤੀ ਉਹ ਤੋਂ ਬਾਅਦ ਲੱਕੀ ਨੇ ਵੀ ਲੀਡ ਦੇ ਵਿੱਚ ਫਿਲਮਾਂ ਕੀਤੀਆਂ ਜਗਜੀਤ ਕਰ ਰਿਹਾ ਧੀਰਜ ਕਰ ਰਿਹਾ ਸੋ ਇਹਨੇ ਕਿੰਨੇ ਕਲਾਕਾਰ ਇਸ ਫਿਲਮ ਨੇ ਇੰਡਸਟਰੀ ਨੂੰ ਦਿੱਤੇ ਨਹੀਂ ਪਹਿਲਾਂ ਕੋਈ ਥੀਏਟਰ ਵਾਲੇ ਸਾਈਡ ਪਿਲਰ ਹੋ ਸਕਦੇ ਸੀਗੇ ਤੁਸੀਂ ਸਾਈਡ ਤੇ ਆ ਸਕਦੇ ਹੋ ਮਟ ਲੀਡ ਦੇ ਉੱਤੇ ਆਉਣਾ ਉਹਦੇ ਵਿੱਚ ਆਪਾਂ ਕਿਸੇ ਦਾ ਕਸੂਰ ਵੀ ਨਹੀਂ ਕੱਢਦੇ ਕਿਉਂਕਿ ਸਿਨੇਮਾ ਜਿਹੜਾ ਹੈਗਾ ਉਹ ਪ੍ਰੋਡਿਊਸਰ ਨੇ ਪੈਸੇ ਲਾਇਆ ਉਹ ਤਾਂ ਚਾਹੂਗਾ ਕਿ ਮੇਰਾ ਰਿਟਰਨ ਜਿਹੜਾ ਹੈਗਾ ਆਵੇ ਉਹ ਕਿਹੜਾ ਕਲਾਕਾਰ ਉਹਨੂੰ ਦੇ ਰਿਹਾ ਜਿਹਦੇ ਫਾਲੋਅਰ ਵਧ ਨੇ ਜਿਹਦੀ ਪਛਾਣ ਜ਼ਿਆਦਾ ਉਹਨਾਂ ਕਲਾਕਾਰਾਂ ਦੇ ਉੱਤੇ ਉਹਨਾਂ ਆਰਟਿਸਟਾਂ ਤੇ ਹੀ ਫਿਲਮਾਂ ਬਣਦੀਆਂ ਸੀ ਲੀਡ ਦੇ ਵਿੱਚ ਲੈ ਕੇ ਇਸ ਫਿਲਮ ਤੋਂ ਬਾਅਦ ਕਿਤੇ ਜਾ ਕੇ ਸਾਡੇ ਵਰਗਿਆਂ ਤੇ ਯਕੀਨ ਬਣਿਆ ਤਾਂ ਇੱਕ ਸਿਨੇਮਾ ਜਿਹੜਾ ਪੈਰਲਲ ਆਪਾਂ ਕਹਿ ਸਕਦੇ ਆ ਉਹ ਸਟਾਰਟ ਹੋਇਆ ਸੋ ਇਹ ਫਿਲਮ ਜਿਹੜੀ ਹੈਗੀ ਇਹਨੇ ਇੱਕ ਟ੍ਰੈਂਡ ਜਿਹੜਾ ਹੈਗਾ ਉਹ ਬਣਾਇਆ ਸਿਨੇਮੇ ਦੇ ਵਿੱਚ ਦੇਵਪਾ ਜੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸ਼ਿਵਮ ਗੱਲ ਕਰ ਰਿਹਾ ਮੈਂ ਦੇਵਪਾ ਜੀ ਦੋ ਸਵਾਲ ਰਹਿਣਗੇ ਪਹਿਲਾ ਸਵਾਲ ਫਿਲਮ ਨੂੰ ਲੈ ਕੇ ਆ ਦੂਸਰਾ ਤੁਹਾਡੇ ਪਰਸਨ ਨੂੰ ਲੈ ਕੇ ਆ ਫਿਲਮ ਦੀ ਗੱਲ ਕਰ ਲਈਏ ਗਾਂਧੀ 3 ਯਾਰਾਂ ਦਾ ਯਾਰ ਤੇ ਯਾਰਾਂ ਤੇ ਹੀ ਇਹ ਸਵਾਲ ਰਹੇਗਾ ਕਿਉਂਕਿ ਯਾਰਾਂ ਦੀ ਗੱਲ ਹੋਈ ਨਹੀਂ ਕਿਸੇ ਨੇ ਕੀਤੀ ਨਹੀਂ ਹੈ ਲੱਕੀਤਾਲੀ ਵਾਲ ਦੀ ਗੱਲ ਕਰ ਲਈਏ ਤਨਵੀਰ ਦੀ ਗੱਲ ਕਰ ਲਈਏ ਪੱਜ ਦੀ ਗੱਲ ਕਰ ਲਈਏ ਯਾਰ ਅਸਲ ਦੀ ਵਿੱਚ ਨਾ ਵੈਸੇ ਹੁੰਦੇ ਪਸੂੜੀ ਹੈ ਤੇ ਕੀ ਫਿਲਮ ਦੇ ਵਿੱਚ ਇਹਨਾਂ ਦੇ ਕਰਕੇ ਕਦੀ ਕੋਈ ਪਸੂੜੀ ਪਈ ਤੁਹਾਨੂੰ ਪੰਗਾ ਪੈ ਗਿਆ ਹੋਵੇ ਜਿੱਦਾਂ ਕਹਿੰਦੇ ਨਾ ਯਾਰ ਦਾ ਪੰਗਾ ਭਾਈ ਜੀ ਤੁਸੀਂ ਇਹ ਸਪੀਚ ਸੁਣੀ ਜਿਹੜੀ ਪਹਿਲੀ ਬੋਲਦਾ ਕਿ ਵਾਹਿਗੁਰੂ ਜੀ ਦਾ ਖਾਲਸਾ ਤੁਹਾਡੇ ਪਿੰਡ 'ਚ ਆਇਆ ਇਹਨੇ ਸਾਡੇ ਯਾਰ ਨੂੰ ਮਾਰਿਆ ਸੀ ਭਾਜੀ ਮੋੜਨਾ ਆਇਆ ਪੂਰੇ ਪਿੰਡ 'ਚ ਵੜਦੇ ਆ ਉਹ ਔਰ ਲੋਕਾਂ ਨੂੰ ਸਤਕਾਰ ਨਾਲ ਸਤਸਕਾਲ ਬੁਲਾ ਕੇ ਵੀ ਸਾਡਾ ਦੇਖੋ ਟਾਰਗੇਟ ਆ ਬੰਦਾ ਅਸੀਂ ਸਾਰੇ ਪਿੰਡ ਨੂੰ ਤੁਹਾਨੂੰ ਕੁਝ ਨਹੀਂ ਕਹਿਣਾ ਜਿਹੜਾ ਇਹਦੀ سپورਟ 'ਚ ਆਇਆ ਫਿਰ ਉਹ ਆਪਣਾ ਸੋਚ ਲੈ ਉਹ ਆਪਣੇ ਯਾਰ ਲਈ ਜਾਨ ਤਲੀ ਤੇ ਧਰ ਕੇ ਵੀ ਆਰ ਪਿੰਡ 'ਚ ਵੜ ਕੇ ਮਾਰਨਾ ਪਿੰਡ ਚ ਵੜਦੇ ਨੇ ਉਹ ਜਦੋਂ ਸੀਨ ਆਊਗਾ ਤੁਹਾਡੇ ਗੂਸ ਬੰਪਸ ਆ ਜਾਣਗੇ ਆਹਰੀ 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 ਬਦਲੇ ਦੀ ਅੱਗ ਬਲਦੀ ਉਹ ਬਦਲੇ ਦੀ ਅੱਗ ਬਲਦੀ ਵੈਰੀ ਸੱਟ ਕੇ ਪੈਰਾ ਵਿੱਚ ਠਾਰੀ ਵੈਲੀਆਂ ਦਾ ਪਿੰਡ ਵੱਜਦਾ ਉਹ ਵੈਲੀਆਂ ਦਾ ਪਿੰਡ ਵੱਜਦਾ ਗੋਲੀ ਠਾ ਮੱਥੇ ਵਿੱਚ ਮਾਰੀ ਅੱਗੇ ਫਿਲਮ ਚ ਦੇਖੀ ਜੀ ਦੇਵ ਭਾਜੀ ਲਾਸਟ ਸਵਾਲ ਤੁਹਾਡੇ ਲਈ ਹੈ ਮੇਰਾ ਮੇਰਾ ਸੁਜੈਸ਼ਨ ਰਹੇਗਾ ਐਸੇ ਜੋ ਕਿ ਤੁਹਾਨੂੰ ਮੈਂ ਦੇਖਿਆ ਜਿਵੇਂ ਤੁਸੀਂ ਬਾਇਓਪਿਕਸ ਕਰਦੇ ਹੋ ਤਾਂ ਮੇਰਾ ਇੱਕ ਸੁਜੈਸ਼ਨ ਰਹੇਗਾ ਤੁਹਾਨੂੰ ਕੰਮ ਕਰਨਾ ਚਾਹੀਦਾ ਤੁਸੀਂ ਪੰਜਾਬ ਦੇ ਕੋਈ ਐਸੇ ਸਪੋਰਟਸ ਪਰਸਨ ਤੇ ਬਾਇਓਪਿਕ ਤਿਆਰ ਕਰੋ ਜੋ ਤੁਹਾਡੀ ਪਰਸਨੈਲਿਟੀ ਨਾਲ ਆਈ ਥਿੰਕ ਸੂਟ ਕਰੇਗਾ ਇੱਕ ਵੱਖਰੀ ਤੁਹਾਡੀ ਵੀ ਪਛਾਣ ਬਣੇਗੀ ਸਪੋਰਟਸ ਵਾਲੇ ਦੀ ਕਰ ਰਹੇ ਜਿਹੜੀ ਮੈਂ ਦੱਸੀ ਸੀ ਸਪੋਰਟਸ ਵਾਲੇ ਦੀ ਕਰ ਰਹੇ ਮੈਨੂੰ ਥੋੜਾ ਆਈਡੀਆ ਇਹ ਹੈਗਾ ਕਿ ਤੁਹਾਨੂੰ ਹਾਕੀ ਦੇ ਕਪਤਾਨ ਸਰਪੰਚ ਸਾਹਿਬ ਦੀ ਬਾਇਓਪਿਕ ਕਰਨੀ ਹੈ ਜੋ ਮੈਨੂੰ ਲੱਗਦਾ ਬਾਕੀ ਇਹੋ ਜੇ ਹੀਰੋ ਤੇ ਫਿਲਮ ਕਰਾਂਗੇ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਔਰ ਜਿਹੜੇ ਬੰਦੇ ਨੇ ਜਾਨ ਤਲੀ ਤੇ ਧਰ ਕੇ ਜਾਨ ਤਲੀ ਤੇ ਧਰ ਕੇ ਕਿਸੇ ਟਾਈਮ ਦੇ ਵਿੱਚ ਇੱਕ ਚੈਂਪੀਅਨਸ਼ਿਪ ਪੰਜਾਬ ਨੂੰ ਜਿੱਤ ਕੇ ਲਿਆਉਂਦੀ ਸੀ ਜਦੋਂ ਕਿ ਪੂਰੀ ਸਟੇਟ ਪੂਰਾ ਹਿੰਦੁਸਤਾਨ ਵਿਰੋਧ ਕਰ ਰਿਹਾ ਸੀ ਸਰਦਾਰਾਂ ਦਾ ਜਾ ਕੇ ਉੱਥੇ ਜਿੱਤਣਾ ਉੱਥੇ ਜਾ ਕੇ ਦਿਲਾਂ ਦੇ ਰਾਜ ਕਰਨਾ ਜਿਹੜੇ ਕਹਿੰਦੇ ਸੀ ਸਰਦਾਰੋ ਤੂੰ ਗੱਦਾ ਰਹੋ ਸਰਦਾਰੋ ਤੂੰ ਮਰਦਾਬਾਦ ਉਹੀ ਬੰਦੇ ਨੇ ਮੋਢੇ ਤੇ ਕਿਸੀ ਸਰਦਾਰ ਤੇ ਸਰਦਾਰ ਜਿੰਦਾਬਾਦ ਹੋਈ ਸੀਗੀ ਸੋ ਇਹ ਜਿਹੇ ਸਪੋਰਟਸਮੈਨ ਤੇ ਆਪਾਂ ਫਿਲਮ ਕਰਾਂਗੇ ਬਾਬਾ ਜੀ ਸੁੱਖ ਰੱਖੇ ਔਰ ਕੋਸ਼ਿਸ਼ ਇਹ ਰਹੂਗੀ ਕਿ ਇਹਨੂੰ ਜੇ ਕਿਤੇ ਸਾਥ ਦੇਦਾ ਕਿਸੇ ਪ੍ਰੋਡਕਸ਼ਨ ਹਾਊਸ ਨੇ ਇਹ ਗੱਲ ਹਿੰਦੀ ਤੱਕ ਪੂਰੀ ਪਹੁੰਚਣੀ ਚਾਹੀਦੀ ਹੈ ਕਿ ਸਾਡੇ ਬੰਦੇ ਕਿੰਨੇ ਹੌਸਲੇ ਵਾਲੇ ਔਰ ਸਾਡੇ ਪੰਜਾਬੀ ਜਦੋਂ ਕੋਈ ਚੀਜ਼ ਧਾਰ ਲੈਂਦੇ ਆ ਤਾਂ ਉਹਨੂੰ ਫਿਰ ਕਿਵੇਂ ਸਿਰਾ ਲਾਉਂਦੇ ਆ ਮੇਰੇ ਵੱਲੋਂ ਇਹ ਗੱਲੇ ਪੰਜਾਬ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਇੱਕ ਕੋਸ਼ਿਸ਼ ਰਹੇਗੀ ਇੰਤਜ਼ਾਰ ਵੀ ਰਹੇਗਾ ਸਾਰੀ মিডিਆ ਮੇਰੇਗਾ ਖਾਸ ਕਰਕੇ ਪੰਜਾਬ ਨੂੰ ਰਹੇਗਾ ਵੀ ਸ਼ੂ ਗੁੱਡ ਲੱਕ ਥੈਂਕ ਯੂ ਵੀਰੇ ਫਿਲਮ ਵਾਸਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਔਰ ਮੈਂ ਚਾਹਣਾ ਕਿ ਯਾਰ ਬਾਕੀ ਕਿਤੇ ਆਈ ਨਾ ਯਾਰ ਦੇਵਤੋ ਹੀ ਪੁੱਛੀ ਗਿਆ ਸਾਰੇ ਸਵਾਲ ਮੇਰੇ ਨਾਲ ਦੇ ਵੀ ਆ ਵੀ ਹੁਣ ਤਨਵੀਰ ਬਾਈ ਇੰਨਾ ਸੋਨਾ ਕੰਮ ਕਰ ਰਿਹਾ ਬੰਬੇ ਔਰ ਇੰਨੇ ਵੱਡੇ ਵੱਡੇ ਪ੍ਰੋਡਕਸ਼ਨ ਹਾਊਸਸ ਚ ਕੰਮ ਕਰ ਰਿਹਾ ਹੁਣ ਰੋਡੇ ਕਾਲਜ ਜੀ ਤੁਹਾਡੀ ਰੋਡੇ ਕਾਲਜ ਆਈ ਬਹੁਤ ਵਧੀਆ ਰਿਸਪੌਂਸ ਰਿਹਾ ਉਹਦਾ ਖੈਰਤ ਕਨਸੈਪਟ ਤੁਹਾਡਾ ਉਹੀ ਸਟੂਡੈਂਟਸ ਨੂੰ ਲੈ ਕੇ ਆਇਆ ਇਲੈਕਸ਼ਨਸ ਨੂੰ ਲੈ ਕੇ ਆਇਆ ਪਰ ਇਸ ਵਾਰੀ تنویر ਕੀ ਵੱਖਰਾ ਕਰੇਗਾ ਮੁਗਲੇ ਆਜ਼ਮ ਦੇ ਨਾਲੇ ਨਾਟਕ ਦੀ ਗੱਲ ਕਰ ਲਈਏ ਉਹਦੀ ਵੀ ਬੜੀ ਸਿਫਤਾ ਸੋਨਾਂ ਨੂੰ ਮਿਲਦੀਆਂ ਪਰ ਹੁਣ تنویر ਕੀ ਇਹਦੇ ਵਿੱਚ ਵੱਖਰਾਤ ਕੀ ਖਾਸ ਲੈ ਕੇ ਆਇਆ ਕਿ تنویر ਵੀ ਦੇਵ ਦੇ ਨਾਲ ਨਾਲ تنویر ਵੀ ਦਿਖੇਗਾ ਫਿਲਮ ਦੇ ਵਿੱਚ ਮੇਰੀ ਜਦੋਂ ਇਸ ਫਿਲਮ ਦੇ ਲਈ ਗੱਲਬਾਤ ਹੋਈ ਸੀ ਸ਼ੁਰੂਆਤ ਦੇ ਵਿੱਚ ਮੰਦੀਪ ਬਾਈ ਨਾਲ ਬਾਈ ਹੁਣਾਂ ਨਾਲ ਬਾਈ ਚੈਲ ਬਾਈ ਨਾਲ ਤੇ ਮੈਨੂੰ ਸਾਰਾ ਰੋਲ ਸਮਝਾਉਣ ਤੋਂ ਬਾਅਦ ਇਹ ਇਨਸਟਰਕਸ਼ਨ ਦਿੱਤੀਆਂ ਗਈਆਂ ਸੀ ਤੈਨੂੰ ਐਜ਼ ਅ ਸਰਪ੍ਰਾਈਜ਼ ਪੈਕੇਜ ਰੱਖਾਂਗੇ ਬਿਸ਼ਾਇਤ ਤੈਨੂੰ ਰਿਵੀਲ ਵੀ ਨਾ ਕਰੀਏ ਫਿਲਮ ਦੇ ਵਿੱਚ ਹੀ ਦਿਖੇ ਬਟ ਫਿਲਮ ਆ ਟ੍ਰੇਲਰ ਦੇ ਵਿੱਚ ਜਾਂ ਪਹਿਲਾਂ ਗਾਣਾ ਗੁੰਡਾ ਡੱਟ ਆਇਆ ਉਹਦੇ ਵਿੱਚ ਦਿਖਾਇਆ ਥੋੜਾ ਬਹੁਤ ਮੈਨੂੰ ਬਟ ਮੈਂ ਆਪਣੇ ਕੈਰੈਕਟਰ ਬਾਰੇ ਕੁਝ ਬੋਲ ਕੇ ਦੱਸ ਨਹੀਂ ਸਕਦਾ ਉਹਦੇ ਨਾਲ ਫਿਲਮ ਦਾ ਕਾਫੀ ਵੱਡਾ ਹਿੱਸਾ ਰਿਵੀਲ ਹੋ ਜਾਣਾ ਜੇ ਮੈਂ ਆਪਣੇ ਕੈਰੈਕਟਰ ਬਾਰੇ ਕੁਝ ਦੱਸੂੰਗਾ ਇਸ ਕਰਕੇ ਮੇਰੀ ਰਿਕਵੈਸਟ ਇਹੀ ਹੈ ਹਾਂ ਮੈਂ ਮੈਂ ਇੰਜੋਏ ਬਹੁਤ ਕੀਤਾ ਇਸ ਟੀਮ ਦੇ ਨਾਲ ਕੰਮ ਕਰਕੇ ਤੇ ਕਿਉਂਕਿ ਪਹਿਲੀ ਵਾਰ ਮੈਂ ਇੰਨਾ ਸਾਰਿਆਂ ਨਾਲ ਕੰਮ ਕਰ ਰਿਹਾ ਸੀ ਹਾਲਾਂਕਿ ਸਾਡੀਆਂ ਦੋਸਤੀਆਂ ਬਹੁਤ ਜ਼ਿਆਦਾ ਪੁਰਾਣੀਆਂ ਨੇ ਅਸੀਂ ਜਾਣਦੇ ਇੱਕ ਦੂਜੇ ਨੂੰ ਬਹੁਤ ਸਾਲਾਂ ਤੋਂ ਆ ਮੇਰੇ ਖਿਆਲ ਚ ਅਸੀਂ ਹੌਸਟਲ ਦੇ ਵਿੱਚ ਤਾਂ ਸਾਨੂੰ 17 17 18 18 ਸਾਲ ਹੋ ਗਏ ਇੱਕ ਦੂਜੇ ਨੂੰ ਜਾਣਦੇ ਆ ਬਾਈ ਦੇਵ ਬਾਈ ਨੂੰ ਮੈਂ ਉਹ ਬਾਈ ਨੇ ਮੈਨੂੰ ਯਾਦ ਕਰਵਾਇਆ ਮੈਂ ਇੰਟਰਨ ਹੁੰਦਾ ਸੀ ਮੈਂ ਕਾਲਜ ਚ ਪੜ੍ਹਦਾ ਸੀ ਮੈਂ ਇੰਟਰਨ ਹੁੰਦਾ ਸੀ ਇੱਕ ਚੈਨਲ ਦੇ ਵਿੱਚ ਅਸੀਂ ਮੈਂ ਐਜ਼ ਐਨ ਇੰਟਰਨ ਜਗਨੂ ਬਾਈ ਜਗਨੂ ਦੀ ਸ਼ੂਟ ਕਰ ਰਿਆ ਸੀ ਮੈਂ ਉੱਥੇ ਇੰਟਰਨ ਐਜ਼ ਇੰਟਰਨ ਆਇਆ ਹੋਇਆ ਸੀ ਪਾਣੀ ਪੂਣੀ ਫੜਾਉਂਦਾ ਹੁੰਦਾ ਸੀ ਜਾਂ ਕਿਊਜ਼ ਲਿਖਦਾ ਹੁੰਦਾ ਸੀ ਥੱਲੇ ਬਹਿ ਕੇ ਤੇ ਟੀਸੀ ਨੋਟ ਕਰਦਾ ਹੁੰਦਾ ਸੀ ਤੇ ਉਦੋਂ ਦੀ ਸਾਡੀ ਐਸੋਸੀਏਸ਼ਨ ਆ ਸੀ ਇੱਕ ਦੂਜੇ ਨੂੰ ਉਦੋਂ ਦੇ ਜਾਣਦੇ ਆ ਬਟ ਰੱਬ ਨੇ ਸਬੱਬ ਹੋਣ ਬਣਾਇਆ ਸਾਡੇ ਕੰਮ ਕਰਨ ਦਾ ਤੇ ਰਿਸਪੈਕਟ ਉਦੋਂ ਦੀ ਮਿਊਚੁਅਲੀ ਸਾਡੀ ਇਹ ਨਹੀਂ ਹੈ ਕਿ ਕੰਮ ਨਹੀਂ ਕੀਤਾ ਤਾਂ ਰਿਸਪੈਕਟ ਨਹੀਂ ਹੈ ਰਿਸਪੈਕਟ ਮਿਊਚੁਅਲੀ ਉਦੋਂ ਦੀ ਬਹੁਤ ਜ਼ਿਆਦਾ ਰਹੀ ਹੈ ਸੋ ਗਾਂਧੀ ਨਾਲ ਜੁੜ ਕੇ ਇੰਜੋਏ ਬਹੁਤ ਕਰ ਰਹੇ ਆ ਬਟ ਮੈਂ ਆਮ ਸੋਰੀ ਮੈਂ ਰਿਵੀਲ ਨਹੀਂ ਕਰ ਪਾਉਂਗਾ ਮੈਂ ਕੀ ਕਰ ਰਿਹਾ ਇਸ ਫਿਲਮ ਦੇ ਵਿੱਚ ਇੰਤਜ਼ਾਰ ਰਹੇਗਾ ਇੰਤਜ਼ਾਰ ਰਹੇਗਾ ਦੇ ਭਾਈ ਜੀ ਮੈਂ ਇੱਕ ਗੱਲ ਆਪਣਾ ਜਿਹੜਾ ਕੈਪਟਨ ਆਫ ਦਾ ਸ਼ਿਪ ਪੰਦੀਪ ਬੈਨੀਵਾਲ ਬਾਈ ਤਾਂ ਉਹਨਾਂ ਨੇ ਬਹੁਤ ਕਮਾਲ ਦਾ ਸਿਨੇਮਾ ਦਿੱਤਾ ਆਲਵੇਜ ਜੇ ਆਪਾਂ ਉਹਨਾਂ ਦੀ ਗੱਲ ਸਾਡਾ ਹੱਕ ਤੋਂ ਕਰੀਏ ਸੋ ਕਈ ਅੰਡਰ ਰੇਟਡ ਡਾਇਰੈਕਟਰ ਹੁੰਦੇ ਨੇ ਜਿਨ੍ਹਾਂ ਦਾ ਨਾਮ ਉਸ ਪੱਧਰ ਤੇ ਕਿਉਂਕਿ ਉਹ ਬਹੁਤ ਚੁੱਪ ਰਹਿੰਦੇ ਨੇ ਸ਼ਾਂਤ ਰਹਿੰਦੇ ਨੇ ਤੇ ਲੁਕੇ ਰਹਿੰਦੇ ਨੇ ਬਟ ਉਹ ਬਹੁਤ ਵੱਡਾ ਡਾਇਰੈਕਟਰ ਹੈ ਸਾਡੀ ਪੰਜਾਬੀ ਇੰਡਸਟਰੀ ਦਾ ਜੇ ਤੁਸੀਂ ਹਿੱਟ ਫਿਲਮਾਂ ਦੀ ਰੇਸ਼ੋ ਦੇਖੋ ਤਾਂ ਸਾਡਾ ਹੱਕ ਏਕਮ ਉਹ ਤੋਂ ਬਾਅਦ ڈاکੂਆਂ ਦਾ ਮੁੰਡਾ 1 ڈاکੂਆਂ ਦਾ ਮੁੰਡਾ 2 ਡੀਐਸਪੀ ਦੇਵ ਫਿਰ ਗਾਂਧੀ ਤਾਂ ਉਹਨਾਂ ਦੀ ਹਿੱਟ ਲਿਸਟ ਬਹੁਤ ਵੱਡੀ ਹੈ ਸੋ ਉਹਨਾਂ ਦਾ ਨਾਮ ਉਸ ਤਰੀਕੇ ਨਾਲ ਇੰਡਸਟਰੀ 'ਚ ਨਹੀਂ ਲਿਆ ਜਾਂਦਾ ਮੇਰੇ ਫੇਵਰਿਟ ਡਾਇਰੈਕਟਰ ਨੇ ਮੇਰੀ 6ਵੀਂ ਫਿਲਮਾਂ ਬਾਈ ਦੇ ਨਾਲ ਔਰ ਮਨੀਸ਼ਪਾ ਜੀ ਡ੍ਰੀਮ ਰਿਐਲਿਟੀ ਮੂਵੀਜ਼ ਮੇਰੀ ਇਹਨਾਂ ਨਾਲ ਲਗਾਤਾਰ ਐਸੋਸੀਏਸ਼ਨ ਹੈ ਮੇਰੀਆਂ ਮੈਨੂੰ ਲੱਗਦਾ ਇੱਕ ਦੋ ਫਿਲਮਾਂ ਛੱਡ ਕੇ ਸਾਰੀਆਂ ਮਨੀਸ਼ਪਾ ਜੀ ਨੇ ਰਿਲੀਜ਼ ਕੀਤੀਆਂ ਨੇ ਤੇ ਡ੍ਰੀਮ ਰਿਐਲਿਟੀ ਨਾਲ ਮੇਰੀ 7ਵੀਂ ਫਿਲਮ ਹੈ ਨਾ ਹੀ ਮੇਰੇ ਤੋਂ ਬਿਨਾ ਮੈਨੂੰ ਜਾਣ ਦਿੰਦੇ ਨੇ ਨਾ ਮੈਂ ਇਹਨਾਂ ਨੂੰ ਜਾਣ ਦੇਣਾ ਨਹੀਂ ਕੰਮ हम बस इकट्ठे करदे हैं so, सो भ्रावां वाला प्यार है सो so, हुन भी प्लानिंग ਸਾਡੀ ਫਿਊਚਰ ਦੇ ਵਿੱਚ ਉਹੀ ਟੀਮ ਉਹੀ ਜੁੜੇ ਹੋਏ ਆਂ ਅਸੀਂ ਸਾਰੇ ਸੋ ਮੈਨੂੰ ਲੱਗਦਾ ਜੋ ਰਿਸਪੌਂਸ ਇਸ ਟਾਈਮ ਇੱਕ ਨਾ ਪਤਾ ਲੱਗ ਜਾਂਦਾ ਤੁਹਾਨੂੰ ਇਹ ਰਿਸਪੌਂਸ ਮੈਨੂੰ ਜੋ ਹੁਣ ਮਿਲਿਆ ਪਬਲਿਕ ਤੋਂ ਮੈਂ ਹੋਰ ਵੀ ਫਿਲਮਾਂ ਪ੍ਰਮੋਟ ਕਰਕੇ ਆਇਆ ਇਹ ਡਾਕੂਆਂ ਦਾ ਮੁੰਡਾ ਵਨ ਟਾਈਮ ਭਾਜੀ ਤੇ ਗਾਂਧੀ ਟੂ ਟਾਈਮ ਉਦੋਂ ਮਿਲਦਾ ਹੁੰਦਾ ਸੀ ਜਿਹੜਾ ਯੂਥ ਦੇ ਵਿੱਚ ਇੱਕ ਕ੍ਰੇਜ਼ ਦੇਖਿਆ ਮੈਂ ਤਾਂ ਹੁਣ ਉਹ ਕ੍ਰੇਜ਼ ਦੁਬਾਰਾ ਦੇਖਿਆ ਮੈਂ ਮਚਾਉਣਾ ਵਾਹਿਗੁਰੂ ਕਰੇ ਜਿਵੇਂ ਮੇਰੀਆਂ ਫਿਲਮਾਂ ਦੀਆਂ ਟਿਕਟਾਂ ਪਹਿਲਾਂ ਲੋਕ ਐ ਫੋਟੋਆਂ ਪਾਉਂਦੇ ਹੁੰਦੇ ਸੀ ਵਿੱਚ ਨੂੰ ਬ੍ਰੇਕ ਆ ਗਈ ਸੀ ਤਾਂ ਉਹ ਦੁਬਾਰਾ ਪਵੇ ਦੁਬਾਰਾ ਹੋਵੇ ਸਾਰਾ ਕੁਝ ਉਹ ਸਵੇਰ ਦੇ ਸ਼ੋਅ ਉਵੇਂ ਹੀ ਹਾਊਸਫੁੱਲ ਹੋਣ ਉਵੇਂ ਹੀ ਫੂਟਿੰਗ ਹੋਵੇ ਸਾਰਾ ਕੁਝ ਸੋ ਤੁਸੀਂ ਵਧੀਆ-ਵਧੀਆ ਚੀਜ਼ਾਂ ਜਿਵੇਂ ਤੁਹਾਨੂੰ ਲੱਗਦਾ ਉਸ ਤਰੀਕੇ ਨਾਲ ਲਿਖਿਓ ਛਾਪਿਓ ਤੇ ਅੱਜ ਕੱਲ ਤਾਂ ਮੀਡੀਆ ਸਾਰਾ ਮੈਨੂੰ ਲੱਗਦਾ ਮੋਬਾਈਲ ਤੇ ਐ ਤੁਹਾਡੇ ਹੱਥ ਚ ਵੀ ਬਹੁਤ ਕੁਝ ਹੁੰਦਾ ਸੋ ਸਪੋਰਟ ਕਰਿਓ ਹਜੇ ਸਿਨੇਮੇ ਨੂੰ ਔਰ ਇਹ ਸਿਨਮਾ ਕਲਾ ਐਕਸ਼ਨ ਦਾ ਸਿਨਮਾ ਨਹੀਂ ਇਦੇ ਵਿੱਚ ਅਸੀਂ ਕੋਈ ਗੈਂਗਸਟਰ ਪ੍ਰਮੋਟ ਨਹੀਂ ਕਰ ਰਹੇ ਕਿ ਅਸੀਂ ਇਹੋ ਜਿਹੇ ਬੰਦੇ ਦੀ ਕਹਾਣੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਜਿਹੜਾ ਬੰਦਾ ਆਪਣੀ ਕਦੇ ਕੋਈ ਲੜਾਈ ਨਹੀਂ ਲੜਿਆ ਜਿਹੜਾ ਬੰਦਾ ਅਸਲੀ ਮਰਦ ਕਹਿੰਦੇ ਉਹ ਹੁੰਦਾ ਜਿਹੜਾ ਕਮਜ਼ੋਰਾ ਨਾਲ ਨਹੀਂ ਕਮਜ਼ੋਰਾ ਲਈ ਲੜੇ ਸੋ ਇਹੋ ਜਿਹਾ ਬੰਦਾ ਸੀਗਾ ਗਾਂਧੀ ਕਿ ਉਹ ਕਮਜ਼ੋਰਾ ਲਈ ਲੜਦਾ ਸੀ ਦਬੇ ਕੁਚਲੇ ਲੋਕਾਂ ਲਈ ਖੜਦਾ ਸੀ ਧੀਆਂ ਪੈਣਾਂ ਦੇ ਹੱਕ 'ਚ ਸਭ ਤੋਂ ਵੱਡੀ ਗੱਲ ਇੰਨੀ ਯੰਗ ਏਜ ਦੇ ਵਿੱਚ ਬੰਦਾ ਮੁੰਡਾ ਹੋਵੇ ਕੋਈ ਹਰੇ ਕੁੜੀ ਨੂੰ ਭੈਣ ਕਹਿ ਕੇ ਬੁਲਾਉਣਾ ਔਰ ਜਿਹੜੇ ਯਾਰ ਦੋਸਤ ਦੇ ਘਰੇ ਜਾਣਾ ਜਿੱਥੇ ਮਾਵਾ ਪੈਣਾ ਬੈਠੀ ਹੋਣੀ ਹੈ ਨੀਵੀਂ ਪਾ ਕੇ ਨਿਕਲਣੀ ਹੈ ਇਹ ਗੱਲਾਂ ਆਮ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਨੇ ਇਹ ਸਾਡੀਆਂ ਕੋਈ ਬਣਾਈਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਵੀ ਅਸੀਂ ਆਪਣੀ ਫਿਲਮ ਚਲਾਉਣ ਲਈ ਇੱਕ ਕੈਰੈਕਟਰ ਇਦਾਂ ਦਾ ਬਣਾਤਾ ਜੇ ਲੋਕ ਗੱਲਾਂ ਕਰਦੇ ਨੇ ਤਾਂ ਇਹੋ ਜਿਹਾ ਇਨਸਾਨ ਸੀ ਉਹ ਖੰਨੇ ਸੁਧਾਰ ਕਾਲਜ ਮੁੰਡੇ ਕੁੜੀਆਂ ਨੂੰ ਤੰਗ ਕਰਦੇ ਸੀ ਨਜਾਇਜ਼ ਇੱਕ ਵਾਰ ਜਾ ਕੇ ਗਏ ਕੇ ਆਇਆ ਸੀ ਉੱਥੇ ਅਨਾਉਂਸ ਕਰਕੇ ਆਇਆ ਸੀ ਕਿ ਇੱਥੇ ਸਾਰੀਆਂ ਮੇਰੀਆਂ ਭੈਣਾਂ ਪੜ੍ਹਦੀਆਂ ਨੇ ਕੋਈ ਮੈਨੂੰ ਦੇਖਣਾ ਨਹੀਂ ਚਾਹੀਦਾ ਸੀ ਕਹਿੰਦੇ ਉਸ ਕਾਲਜ ਦੇ ਅੱਗੇ ਢੀੜੀਆਂ ਵੱਜਣੀਆਂ ਬੰਦ ਹੋ ਗਈਆਂ ਸੀ ਜਦ ਤੱਕ ਤੇ ਉਹਦਾ ਤਰੀਕਾ ਅਲੱਗ ਸੀਗਾ ਉਹਦਾ ਤਰੀਕਾ ਹਰ ਇੱਕ ਬੰਦੇ ਦਾ ਅਲੱਗ ਹੁੰਦਾ ਆਪਣੀ ਗੱਲ ਕਹਿਣ ਦਾ ਉਹਦਾ ਅਲੱਗ ਸੀਗਾ ਥੈਂਕ ਯੂ ਸੋ ਥੈਂਕ ਯੂ ਸੋ ਮੱਚ 올 द ਮੀਡੀਆ